ਨਿਊਜ਼ ਇੰਡੀਆ ਦੇ ਇਸ ਇੰਟਰਵਿਊ ਵਿੱਚ ਇੱਕ ਖਾਸ ਮਹਿਮਾਨ ਆਛਰਨਲ ਹੈਗੇ ਨੇ ਇੱਕ ਵਾਰ ਫਿਰ ਅਸੀਂ ਸਰਦਾਰ ਮਰਿੰਦਰਜੀਤ ਸਿੰਘ ਬਿੱਟਾ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਨੇ ਜੋ ਕਿ ਪ੍ਰਧਾਨ ਨੇ 올 ਇੰਡੀਆ ਐਂਟੀ ਟੈਟਰਿਸ ਫਰੰਟ ਦੇ ਬਹੁਤ ਸਵਾਗਤ ਹੈ ਬਿੱਟਾ ਸਾਹਿਬ ਸਾਡੇ ਸਟੂਡੀਓ ਵਿੱਚ ਅੱਜ ਦੀ ਇੰਟਰਵਿਊ ਦਾ ਸੰਦਰਭ ਹੈ ਪੰਜਾਬ ਦੇ ਵਿੱਚ ਹਾਲ ਹੀ ਨੇ ਕੁਝ ਘਟਨਾਵਾਂ ਚਾਹੇ ਮਕਸੂਦਾ ਦੇ ਵਿੱਚ ਇੱਕ ਪੁਲਿਸ ਥਾਣੇ ਦੇ ਵਿੱਚ ਲੋ ਇੰਟੈਂਸਿਟੀ ਦੇ ਐਕਸਪਲੋਸਿਵ ਧਮਾਕੇ ਕੀਤੇ ਜਾਣ ਦੀ ਗੱਲ ਹੋਵੇ ਜਾਂ ਫਿਰ ਰਾਜਸਥਾਨ ਸੀ ਦੇ ਆਦਲੀਵਾਲ ਪਿੰਡ ਵਿਖੇ ਜਿੱਥੇ ਕਿ ਨਿਰੰਕਾਰੀ ਮਿਸ਼ਨ ਦੇ ਇੱਕ ਪ੍ਰੋਗਰਾਮ ਦੇ ਵਿੱਚ ਗ੍ਰੇਨੇਡ ਸਿੱਟੇ ਗਏ ਤਿੰਨ ਲੋਕਾਂ ਦੀ ਮੌਤ ਹੋਈ ਕਈ ਲੋਕ ਫੱਟੜ ਹੋਏ ਲੇਕਿਨ ਵੱਡਾ ਮੁੱਦਾ ਇਹੀ ਹੈ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਇੰਟੈਲੀਜੈਂਸ ਇਨਪੁਟਸ ਮਿਲ ਰਹੇ ਨੇ ਪੰਜਾਬ ਦੀ ਆਬੋ ਹਵਾ ਨੂੰ ਵਿਗਾੜਨ ਦੀ ਕੋਸ਼ਿਸ਼ਾਂ ਹੈਗੀਆਂ ਨੇ ਇੱਥੇ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ ਤੇ ਇਸ ਕਿਸਮ ਦੇ ਇਨੀਸ਼ੀਅਲ ਕਲੂਸ ਸਾਹਮਣੇ ਆਏ ਨੇ ਵੀ ਇਹ ਜਿਹੜੀਆਂ ਸਾਰੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਸਰਹੱਦੋਂ ਪਾਰ ਘੜੀਆਂ ਜਾ ਰਹੀਆਂ ਨੇ ਉਸ ਮਾਹੌਲ ਵਿੱਚ ਜਦੋਂ ਕਿ ਇੱਕ ਵਾਰ ਫਿਰ ਅਤਵਾਦ ਜਾਂ ਤਵਾਦੀ ਅੰਸਰ ਪੰਜਾਬ ਦੇ ਵਿੱਚ ਸਿਰ ਚੁੱਕਦੇ ਨਜ਼ਰ ਆ ਰਹੇ ਨੇ ਗੱਲਬਾਤ ਬਣਦੀ ਹੈ ਸਰਦਾਰ ਬਿੱਟਾ ਦੇ ਨਾਲ ਬਿੱਟਾ ਸਾਹਿਬ ਤੁਸੀਂ ਐਂਟੀ ਟੈਰਰਿਸਟ ਫਰੰਟ ਦੇ ਰੂਪ ਵਿੱਚ ਹਮੇਸ਼ਾ ਅਤਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਲੇਕਿਨ ਅੱਜ ਦੇ ਪੰਜਾਬ ਦੇ ਹਾਲਾਤ ਪੰਜਾਬ ਦੇ ਮਾਹੌਲ ਦੇ ਵਿੱਚ ਇੱਕ ਕਪੈਸਿਟੀ ਹੈ ਵੀ ਇਸ ਕਿਸਮ ਦੀਆਂ ਜਿਹੜੀਆਂ ਆਈਸੋਲੇਟਿਡ ਘਟਨਾਵਾਂ ਨੇ ਜਾਂ ਸ਼ਰਾਤਾ ਨੇ ਜਾਂ ਅਤਵਾਦੀ ਘਟਨਾਵਾਂ ਨੇ ਉਹ ਪੰਜਾਬ ਦੇ ਮਾਹੌਲ ਨੂੰ ਵਿਗਾੜ ਸਕਦੇ ਨੇ ਜਿਸ ਤਰੀਕੇ ਦੀ ਵੋਲੇਟਾਈਲ ਸਿਚੁਏਸ਼ਨ ਹੈ ਮੈਂ ਮੈਂ ਮੰਨਦਾ ਤੁਸੀਂ ਕੀ ਸਮਝਦੇ ਹੋ ਦੇਖੋ ਮੈਂ ਇੱਕ ਗੱਲ ਬਿਲਕੁਲ ਤੁਹਾਨੂੰ ਸਪਸ਼ਟ ਕਹਦੇ ਹਾਂ ਪੰਜਾਬ 'ਚ ਟੈਰਰਿਜ਼ਮ ਆਇਆ ਲੈ ਕੇ ਵੀ ਅਸੀਂ ਪੋਲੀਟਿਸ਼ੀਅਨ ਆਏ ਇਸ 'ਚ ਕੋਈ ਸ਼ੱਕ ਨਹੀਂ ਵੋ ਧਰਮ ਦੀ ਰਾਜਨੀਤੀ ਦਖਲਅੰਦਾਜ਼ੀ ਅੱਜ ਪੰਜਾਬ ਨੂੰ ਇਸ ਮੁਕਾਮ ਤੱਕ ਲੈ ਕੇ ਚਲੀ ਗਈ ਜਦੋਂ ਖਤਮ ਵੀ ਕੀਤਾ ਤੇ ਕਾਂਗਰਸ ਭਾਜਪਾ ਸੀਪੀਐਮ ਸੀਪੀਆਈ ਅਕਾਲੀ ਦਲ ਦਾ ਕੁਝ ਹਿੱਸਾ ਮਿਲ ਕੇ ਜਦੋਂ ਇਕੱਠੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਸਾਨੂੰ ਕੁਰਸੀ ਨਹੀਂ ਚਾਹੀਦੀ ਸਤਾ ਨਹੀਂ ਚਾਹੀਦੀ ਅਮਨ ਸ਼ਾਂਤੀ ਚਾਹੀਦੀ ਅਮਨ ਸ਼ਾਂਤੀ ਆਇਆ ਮੈਂ ਇਸ ਗੱਲ ਤੋਂ ਹੈਰਾਨ ਆ 40 ਸਾਲ ਦੀ ਲੱਗੀ ਹੋਈ ਅੱਗ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਪੋਲਿਟਿਸ਼ੀਅਨਾਂ ਨੇ ਪੰਜਾਬ ਨੂੰ ਕੀ ਦਿੱਤਾ ਅਸੀਂ ਧਰਮ ਦੇ ਠੇਕੇਦਾਰਾਂ ਨੇ ਪੰਜਾਬ ਨੂੰ ਕੀ ਦਿੱਤਾ ਕੀ ਅਸੀਂ ਆਪਣੇ ਗੁਰੂ ਮਹਾਰਾਜ ਦੇ ਸਿੱਖੀ ਸਰੂਪ ਨੂੰ ਪਰਫੁੱਲਤ ਕਰ ਸਕੇ ਕੀ ਅਸੀਂ ਨਰਨਕਰੀ ਕਾਰਡ ਤੋਂ ਬਾਅਦ ਅਸੀਂ ਕੀ ਸਿੱਖਿਆ ਮੇਰਾ ਇਹ ਮੰਨਣਾ ਇਸ ਗੱਲ ਨੂੰ ਇਹ ਜਿਹੜਾ ਕਾਰਡ ਹੋਇਆ ਬਹੁਤ ਮਾੜੀ ਘਟਨਾ ਹੈ ਮੇਰਾ ਇਹ ਮੰਨਣਾ ਹੈ ਇਹ ਜਿਹੜੀ ਅੱਗ ਲੱਗੀ ਸੀ ਪੰਜਾਬ 'ਚ 40 ਸਾਲ ਪਹਿਲਾਂ 1984 ਦੇ ਦੰਗੇ ਹੋਏ ਬਲੂ ਸਟਾਰ ਆਪਰੇਸ਼ਨ ਹੋਇਆ ਨਰਨਕਰੀ ਕਾਰਡ ਤੋਂ ਬਾਅਦ ਹੋਇਆ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ ਅੱਜ ਤੱਕ ਸਾਡਾ ਉਹ ਪੰਜਾਬ 50 ਸਾਲ 40 ਸਾਲ ਪਹਿਲਾਂ ਦਾ ਪੰਜਾਬ ਸਾਡਾ ਤਬਾਹ ਹੋ ਗਿਆ ਕੀ ਕਰੀਏ ਸੜਕਾਂ ਨੂੰ ਕੀ ਕਰੀਏ ਵੱਡੇ ਵੱਡੇ ਮੋਬਾਈਲ ਫੋਨਾਂ ਨੂੰ ਕੀ ਕਰੀਏ ਲੈਪਟਾਪ ਕੰਪਿਊਟਰ ਨੂੰ ਸਾਡੀ ਵਿਰਾਸਤ ਮਹਾਰਾ ਰਣਜੀਤ ਸਿੰਘ ਦੀ ਵਿਰਾਸਤ ਸਾਡੀ ਸੰਸਕ੍ਰਿਤੀ ਸਾਡੇ ਧਰਮ ਦੇ ਉੱਤੇ ਪ੍ਰਸ਼ਨ ਚ ਲੱਕ ਲਗਾ ਕੇ ਰੱਖ ਦਿੱਤਾ ਇਹ ਹਿੰਦੁਸਤਾਨ ਦੀ ਗੰਦੀ ਰਾਜਨੀਤੀ ਨੇ ਧਰਮ ਦੇ ਚੰਦ ਠੇਕੇਦਾਰਾਂ ਨੇ ਇਹ ਕਰ ਦਿੱਤਾ ਮੈਨੂੰ ਇੱਕ ਗੱਲ ਦੱਸੋ ਮੈਂ ਖਿਲਾਫ ਨਹੀਂ ਆ ਕਿਸੇ ਦੇ ਪਰ ਜੇ ਨਰੰਗਕਾਰੀ ਕਾਟ ਤੋਂ ਬਾਅਦ ਇੱਟੀਆਂ ਵੱਟੀਆਂ ਕਟਨਾਵਾ ਹੋ ਕੇ ਸਾਡਾ ਪੰਜਾਬ ਤਬਾਹ ਹੋ ਗਿਆ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਚੱਲ ਗਈ ਸਾਡੀ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ 'ਚ ਤੁਰ ਗਈ ਸਾਡੇ ਕੋਲ ਪੰਜਾਬ 'ਚ ਕੱਖ ਨਹੀਂ ਰਿਆ ਅਸੀਂ ਆਪਣੇ ਧਰਮ ਨੂੰ ਪਰਫੁੱਲਤ ਨਹੀਂ ਕਰ ਸਕੇ ਅਸੀਂ ਵੋਟ ਫਟਾਦੀ ਔਰ ਧਰਮ ਦੀ ਰਾਜਨੀਤੀ ਕਰਦੇ ਰਹੇ ਤੇ ਜੇ ਨਰੰਕਾਰੀ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਵੀ ਭਾਈ ਤੁਸੀਂ ਇੱਥੇ ਕੁਛ ਨਾ ਕਰੋ ਤੁਸੀਂ ਹਰਿਆਣੇ ਚਲੇ ਜਾਓ ਤੁਸੀਂ ਦਿੱਲੀ ਚਲੇ ਜਾਓ ਤੁਸੀਂ ਯੂਪੀ ਚਲੇ ਜਾਓ ਤੁਹਾਡੇ ਇੱਥੇ ਆਹ ਚੀਜ਼ ਕਰਨ ਦੇ ਨਾਲ ਆ ਸਾਡੇ ਧਰਮ ਦਾ અપਮਾਨ ਹੋਇਆ ਆ ਸਾਡੇ ਪੰਜਾਬ ਨੂੰ ਬਰਬਾਦੀ ਹੋਈ ਹੈ ਆ 1984 ਦੇ ਦੰਗੇ ਹੋਏ ਆ ਬਲੂ ਸਟਾਰ ਆਪਰੇਸ਼ਨ ਹੋਇਆ ਇਹ ਹਰਮੰਦਰ ਸਾਹਿਬ ਦਾ અપਮਾਨ ਹੋਇਆ ਲੇਕਿਨ ਇਹ ਸਾਰੀ ਚੀਜ਼ਾਂ ਨੂੰ ਇੱਕ ਸੈਕਟ ਨੂੰ ਦੋਸ਼ੀ ਜਾਂ ਜ਼ਿੰਮੇਵਾਰ ਮੰਨਣਾ ਕੀ ਠੀਕ ਹੈ ਨਿਰੰਕਾਰੀ ਕਾਂਡ ਹੋਇਆ 1978 ਦੇ ਵਿੱਚ ਲੇਕਿਨ ਅੱਜ 40 ਸਾਲ ਬਾਅਦ ਜੇ ਉਹਨਾਂ ਦੇ ਇੱਕ ਹੋਰ ਮਿਸ਼ਨ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਸ ਦੇ ਵਿੱਚ ਆਪਾਂ ਨਿਰੰਕਾਰੀਆਂ ਨੂੰ ਕਿਉਂ ਦੋਸ਼ੀ ਮੰਨ ਰਹੇ ਆ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਣਾ ਉਹ ਕੋਈ ਬੈਂਡ ਆਊਟਫਿਟ ਨਹੀਂ ਉਹਦੇ ਤੋਂ ਕੋਈ ਪ੍ਰਤੀਬੰਧ ਨਹੀਂ ਹੈ ਮੈਂ ਅਖਰ ਸਾਹਮਣੇ ਚਾਰੀ ਤੇ ਮੇਰਾ ਇੱਕ ਅਨੁਭਵ ਪੋਲਿਟਿਕਸ ਨੂੰ ਰਿਸਰਚ ਕੀਤਾ ਮੈਂ ਕੋਈ ਐਮ.ਐਲ.ਏ ਐਮ.ਪੀ ਦੀ ਚੀਮਰਸਟਰੀ ਦੀ ਇਲੈਕਸ਼ਨ ਨਹੀਂ ਲੜਨੀ ਪਤਾ ਸਾਰੇ ਪੋਲਿਟਿਸਨਾਂ ਨੂੰ ਹੈ ਜੇ ਇਲੈਕਸ਼ਨ ਨਾ ਲੜਨੀ ਹੋਵੇ ਉਹ ਵੀ ਮੇਰੇ ਵਾਂਗੂ ਤੜਾ ਤੜ ਬੋਲਣਗੇ ਡੇਰਾ ਬਿਆਸ ਤੇ ਆਹ ਦਮਦਮੀ ਟਕਸਾਲ 10 ਕਿਲੋਮੀਟਰ ਦਾ ਫਾਸਲਾ ਗੋਲੀਆਂ ਚੱਲ ਰਹੀਆਂ ਬੰਬ ਚੱਲ ਰਹੇ ਨੇ ਆਪਣੀਆਂ ਅੱਖਾਂ ਦੇ ਨਾਲ ਉਹ ਸਭ ਕੁਝ ਦੇਖਿਆ ਕਦੀ ਕੋਥੇ ਡੇਰਾ ਬਿਆਸ ਚ ਕੰਕਰ ਲੱਗਾ ਨਹੀਂ ਲੱਗਾ ਕਿਉਂ ਜਿਹੜੇ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਸਾਈਓਵੇ ਜਿਹੜਾ ਡੇਰਾ ਬਿਆਸ ਚ ਜਾਂਦਾ ਉਹ ਬਾਹਰ ਜਾ ਕੇ ਆਪਣੇ ਗੁਰਦੁਆਰਾ ਸਾਹਿਬ ਵੀ ਜਾਂਦਾ ਆਪਣੇ ਮੰਦਰ ਵੀ ਜਾਂਦਾ ਆਪਣੀ ਮਸਜਿਦ ਵੀ ਜਾਂਦਾ ਆਪਣੇ ਗਿਰਜਾਘਰ ਵੀ ਜਾਂਦਾ ਉੱਥੇ ਕੋਈ ਪਾਬੰਦੀ ਨਹੀਂ ਜਦੋਂ ਡੇਰਾ ਬਿਆਸ ਦੇ ਉੱਤੇ ਕੋਈ ਅੱਜ ਤੱਕ ਪ੍ਰਸੰਚਨ ਨਹੀਂ ਲੱਗਿਆ ਤੇ ਫੇਰ ਕਿਤਨੇ ਕਿਤੇ ਕੋਈ ਕਮੀ ਹੈ ਲੁੱਚੇ ਸੌਦੇ ਦੀ ਆਪਾਂ ਗੱਲ ਕਰਦੇ ਆ ਲੁੱਚਾ ਸੌਦਾ ਕਿਹੜਾ ਪਾਲਿਆ ਸਾਡਾ ਪਾਲਿਆ ਹੋਇਆ ਪੋਲਿਟਿਸ਼ਨਾਂ ਦਾ ਗੁੰਡਾ ਵੋਟ ਬੈਂਕ ਪੋਲਿਟਿਕਸ ਹਰਿਆਣਾ ਹੋਵੇ ਪੰਜਾਬ ਹੋਵੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਮੈਂ ਪਹਿਲਾਂ ਉਹਨਾਂ ਦਿਨਾਂ ਦੇ ਵਿੱਚ ਸੋਚ ਲਿਆ ਸੀ ਵੀ ਇਹ ਗੁਰੂ ਮਹਾਰਾਜਾਂ ਗੁਰੂ ਗ੍ਰੰਥ ਸਾਹਿਬ ਦਾ ਸਾਡੇ ਦਾ અપਮਾਨ ਲੁੱੱਚੇ ਸੌਦੇ ਦਾ ਕੰਮ ਹੋ ਸਕਦਾ ਕਿਉਂਕਿ ਸਾਡੇ ਪੋਲਿਟਿਸ਼ਨਾਂ ਦੀ ਗਲਤੀ ਨਾਲ ਵੋਟ ਬੈਂਕ ਦੀ ਲਾਲਚ ਦੀ ਗਲਤੀ ਨਾਲ ਉਹਦਾ ਜਾਲ ਫੈਲਦਾ ਫੈਲਦਾ ਪੈਪਸੂ ਮਾਲਵਾ ਮੱਝੇ ਵਾਲ ਨੂੰ ਜਦੋਂ ਤੁਰ ਪਿਆ ਜਗ੍ਹਾ ਜਗ੍ਹਾ ਤੇ ਉਹਦੇ ਡੇਰੇ ਬਣ ਗਏ ਸਾਡੇ ਸਾਡੀਆਂ ਅੱਖਾਂ ਦੇ ਸਾਹਮਣੇ ਤੇ ਉਹੀ ਸਾਡੇ ਗੁਰੂ ਮਹਾਰਾਜ ਦਾ અપਮਾਨ ਕਰ ਸਕਦਾ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ અપਮਾਨ ਕੀਤਾ ਸੀ ਸਰੂਪ ਸਜਾ ਕੇ ਤੇ ਜਦੋਂ ਮੇਰੇ ਵਰਗੇ ਦੇ ਮਨ ਚ ਆ ਸਕਦਾ ਤੇ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ ਤੇ ਸਟੇਟ ਦੀਆਂ ਇੰਟੈਲੀਜੈਂਸ ਏਜੰਟੀਆਂ ਤੇ ਸਟੇਟ ਦੀ ਸਰਕਾਰ ਤੇ ਸਟੇਟ ਦਾ ਪ੍ਰਸ਼ਾਸਨ ਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਦੀਆਂ ਦਿਮਾਗ ਜਿਹੜੇ ਨੇ ਸਤਾ ਕੁਰਸੀ ਲਈ ਚੱਲਦੇ ਨੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੱਲ ਆ ਜੇ ਵੋਟ ਸਤਾ ਦੀ ਗੱਲ ਆ ਜੇ ਧਰਮ ਦੀ ਠੇਕੇਦਾਰੀ ਦੀ ਗੱਲ ਆ ਜੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਠੇਕੇਦਾਰੀ ਕਰਦੇ ਨੇ ਮਤਲਬ ਤੁਸੀਂ ਕਿਹਾ ਇਹ ਇਹ ਤਾਂ ਸਾਰੀ ਘਟਨਾ ਕਰਮ ਅਸੀਂ ਪੰਜਾਬ ਵਿੱਚ ਕਿਹਾ ਤੇ ਰਾਜਨੀਤਿਕ ਪਾਰਟੀਆਂ ਨੂੰ ਅੱਜ ਉਸ ਦਾ ਨੁਕਸਾਨ ਤੇ ਖਮਿਆza ਚੱਲਣਾ ਪੈ ਰਿਹਾ ਕਾਲੀ ਦਲ ਅੱਜ ਨਿਸ਼ਾਨੇ ਤੇ ਹੈ ਡੇਰਾ ਸੱਚਾ ਸੋਧਦਾਨਾਂ ਜੋ ਰਲਗੜ ਕੀਤੀ ਉਹਨਾਂ ਨੇ ਪਿਛਲੇ 10 12 ਸਾਲਾਂ ਦੇ ਵਿੱਚ ਤੇ ਹੋਰ ਵੀ ਪਾਰਟੀਆਂ ਸਨ ਲੇਕਿਨ ਕੁਝ ਪਾਰਟੀਆਂ ਨੇ ਆਪਣਾ ਰਸਤਾ ਦਰੁਸਤ ਕਰ ਅੱਜ ਕਾਂਗਰਸ ਹਮਨ ਰਸਤਾ ਦਰੁਸਤ ਕਰਕੇ ਸਹੀ ਲੀਤੇ ਤੁਰਦੀ ਹੋਈ ਕਰ ਰਹੀ ਹੈ ਔਰ ਰਸਤਾ ਔਰ ਦਰੁਸਤ ਕਰ ਦੇ ਜਦੋਂ ਗੁਰੂਗ੍ਰੰਥ ਸਾਹਿਬ ਦਾ અપਮਾਨ ਹੋਇਆ ਰਸਤਾ ਉਹ ਦਰੁਸਤ ਕਰਦੇ ਜਦੋਂ ਜਾ ਕੇ ਵੋਟਾਂ ਮੰਗਣ ਲਈ ਬੜੇ ਬੜੇ ਐਮ.ਐਲ.ਏ ਤੇ ਬੜੇ ਬੜੇ ਮਿਨਿਸਟਰ ਉਰੇ ਆ ਕੇ ਗੋਡੇ ਟੇਕਦੇ ਸੀ ਉਹ ਕੀ ਸੀ ਸੱਚਾ ਸੌਦਾ ਸੱਚਾ ਸੌਦਾ ਨਹੀਂ ਸਾਡਾ ਪਾਲਿਆ ਹੋਇਆ ਗੁੰਡਾ ਸੀ ਲੁੱਟਾ ਸੌਦਾ ਉਹਨੂੰ ਮੈਂ ਕਹਿਣਾ ਆ ਕਾਂਗਰਸ ਨੂੰ ਅਕਲ ਆ ਗਈ ਉਸ ਤੋਂ ਮੰਨਦੇ ਆ ਕਿ ਅਕਲ ਆ ਗਈ ਦੇਖੋ ਜੀ ਅੱਜ ਉਹ ਬਾਹਰ ਆ ਜੇ ਸੁਣੋ ਗੱਲ ਅੱਜ ਉਹ ਬਾਹਰ ਆ ਜੇ ਕਿਸੇ ਨੂੰ ਕੋਈ ਅਕਲ-ਉਕਲ ਨਹੀਂ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਹਰਿਆਣਾ ਦੀਆਂ ਪੰਜਾਬ ਚ ਫੇਰ ਉਹ ਲੁੱਟੇ ਸੌਦੇ ਨਾਲ ਖੜ ਗਏ ਇਹਨਾਂ ਨੂੰ ਵੋਟ ਸਤਾ ਪਿਆਰੀ ਨਾ ਨਾ ਕਿਸੇ ਨੂੰ ਗੁਰੂ ਨਾ ਗੁਰੂ ਮਹਾਰਾਜ ਪਿਆਰੇ ਨੇ ਨਾ ਪੰਜਾਬ ਪਿਆਰਾ ਤੁਸੀਂ ਵੀ ਇਲੈਕਟੋਰਲ ਪੋਲਿਟਿਕਸ ਚ ਰਹੇ ਹੋ ਚੋਣ ਲੜੇ ਨੇ ਬਜ਼ਾਰਤਾਂ ਤੁਸੀਂ ਬਜ਼ਾਰਤਾਂ ਚ ਰਹੇ ਹੋ ਤੁਸੀਂ ਐਮ ਐਲ ਏ ਬਣੇ ਹੋ ਇਹ ਸਾਰੀ ਗੱਲਾਂ ਬਾਤਾਂ ਹੋਈਆਂ ਨੇ ਲੇਕਿਨ ਤੁਸੀਂ ਵੀ ਤਾਂ ਮਹਿਸੂਸ ਕਰਦੇ ਹੋ ਵੀ ਜਿਹੜੀ ਵੋਟ ਬੈਂਕ ਦੀ ਇਲੈਕਟੋਰਲ ਪੋਲਿਟਿਕਸ ਹੈ ਜਿਹਨੂੰ ਸੱਤਾ ਚਾਣ ਲਈ ਚਾਹੀਦੀ ਹੈ ਉਹਦੇ ਲਈ ਵੀ ਤਾਂ ਕੁਝ ਰਿਕੁਆਇਰਮੈਂਟਾਂ ਹੁੰਦੀਆਂ ਨੇ ਇੱਕ ਸਮਾਜ ਦੇ ਭਾਈਚਾਰੇ ਨੂੰ ਬਣਾ ਕੇ ਰੱਖਣਾ ਪੈਂਦਾ ਅੱਜ ਨਿਰੰਕਾਰੀਆਂ ਦੇ ਉੱਤੇ ਉਂਗਲੀ ਚੱਕਣਾ ਜਾਂ ਕਿਸੇ ਵੀ ਸਮੁਦਾਇ ਦੇ ਉੱਤੇ ਉਂਗਲੀ ਚੱਕਣਾ ਇਹ ਕਿੰਨਾ ਕੁ ਵਾਜਬ ਹੈ ਉਹਨਾਂ ਦੇ ਲੀਡਰ 'ਚ ਗਲਤ ਕਰਦੇ ਨੇ ਸਜ਼ਾਵਾਂ ਦ ਮੈਂ ਕਿਸੇ ਧਰਮ ਦੇ ਕਿਸੇ ਡੇਰੇ ਦੇ ਖਿਲਾਫ ਨਹੀਂ ਹੁਣ ਢਾਡਰੀਆਂ ਵਾਲਾ ਸਾਹਿਬ ਦਾ ਵੀ ਡੇਰਾ ਅਸੀਂ ਜਾਂਦੇ ਤੇ ਨਹੀਂ ਪਰ ਉਹ ਪ੍ਰਵਚਨ ਸੁਣਨੇ ਆ ਸਾਨੂੰ ਚੰਗੇ ਲੱਗਦੇ ਆ ਅਸੀਂ ਸੁਣਨੇ ਆ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅਸੀਂ ਕਦੀ ਉਹਨਾਂ ਦਾ ਵਿਰੋਧ ਕੀਤਾ ਹੋਏਗਾ ਉਹਨਾਂ ਦੇ ਕੋਈ ਵਿਚਾਰ ਕਿਸੇ ਨੇ ਸੁਣੇ ਸੁਣਦੇ ਆ ਸਵਾਲ ਸਭ ਤੋਂ ਵੱਡਾ ਸਾਡੀ ਅਮਨ ਸ਼ਾਂਤੀ ਜਿੱਥੇ ਭੰਗ ਹੁੰਦੀ ਹੋਵੇ ਹੁਣ ਇੱਕ ਇੱਥੇ ਪਣਿਆਰੇ ਵਾਲਾ ਬਾਬਾ ਕਹਿੰਦੇ ਗੁਰੂ ਗੁਰੂ ਗੋਬਿੰਦ ਸਿੰਘ ਬਣ ਗਏ ਉਹਨੂੰ ਆਪਾਂ ਜੈਡਪਲੱਸ ਸੁਰੱਖਿਆ ਦੇ ਕੇ ਸੀਆਰਪੀ ਦੇ ਜਵਾਨ ਦੇ ਕੇ ਉਹਨੂੰ ਪਾਲੀ ਫਿਰਦੇ ਆਂ ਚੁੱਕੇ ਜਾਂਦੇ ਇਹਨੂੰ ਜੇਲ੍ਹ ਚੋਂ ਛੁੱਟੋ ਜਾਂ ਚੁੱਕੇ ਇਹਨੂੰ ਇਹਨੂੰ ਤੁਸੀਂ ਕਿਤੇ ਪੰਜਾਬੋਂ ਬਾਹਰ ਕਰੋ ਹੁਣ ਤੁਸੀਂ ਮੈਨੂੰ ਇੱਕ ਜੇਲ੍ਹ ਚ ਗਿਆ ਸੀ ਜੇਲ੍ਹ ਚ ਗਿਆ ਸੀ ਉਹ ਤੇ ਹਮਲਾ ਵੀ ਹੋ ਅਰੇ ਹਮਲਾ ਹੁਣ ਪੰਗੇ ਅਸੀਂ ਖੁਦ ਲਈਏ ਅਪਮਾਨ ਗੁਰੂ ਸਾਹਿਬ ਦਾ ਅਸੀਂ ਕਰੀਏ ਖੁਦ ਗੁਰੂ ਗੋਬਿੰਦ ਸਿੰਘ ਜੀ ਬਣ ਜਾਈਏ ਤੇ ਪਰ ਹਮਲੇ ਵਾਲੀ ਕੀ ਗੱਲ ਹੋ ਗਈ ਸਵਾਲ ਹੈ ਆਪਾਂ ਦੋਨੋਂ ਐਂਗਲ ਦੇਖੀਏ ਨਾ ਇੱਕ ਐਂਗਲ ਦੇਖ ਰਿਹਾ ਐਂਗਲ ਕੀ ਹੋ ਸਕਦਾ ਅੱਜ ਜਦੋਂ ਇਹ ਘਟਨਾ ਹੋਈ ਰਾਜਸਥਾਨਸੀ ਵਾਲੀ ਘਟਨਾ ਤੇ ਮੈਂ ਵਾਪਸ ਆਵਾਂਗਾ ਦੇਖੋ ਮੇਰਾ ਮੇਰਾ ਜਿਹੜਾ ਸਰੋਕਾਰ ਇਸ ਵਕਤ ਫੌਰੀ ਸਰੋਕਾਰ ਹੈ ਵੀ ਪੰਜਾਬ ਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਦੇ ਵਿੱਚ ਆਈਐਸਆਈ ਨੂੰ ਜਾਂ ਪਾਕਿਸਤਾਨ ਨੂੰ ਜਾਂ ਵਿਦੇਸ਼ੀ ਦੀਆਂ ਏਜੰਸੀਆਂ ਨੇ ਹੈਗਾ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਇੱਥੇ ਹਾਲਾਤ ਜਿਸ ਤਰੀਕੇ ਨਾਲ ਭੰਬਲ ਪੂਸਾ ਪਿਆ ਹੋਇਆ ਹੈਗਾ ਕਿਉਂਕਿ ਸੋਸ਼ੀਓ ਪੋਲਿਟੀਕਲ ਮਾਹੌਲ ਇੱਥੇ ਗਰਮ ਹੋਇਆ ਹੈ। ਦੇਖੋ ਮੈਂ ਫਿਰ ਉਧਰ ਬਰਗਾੜੀ ਦਾ ਮੋਰਚਾ ਲੱਗਾ ਹੋਇਆ ਹੈ ਉਧਰ ਇੱਕ ਰਾਜਕਤਾ ਦਾ ਮਾਹੌਲ ਵੀ ਕਈ ਥਾਵਾਂ ਤੇ ਨਜ਼ਰ ਆਉਂਦਾ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ। ਲੇਕਿਨ ਵਿਦੇਸ਼ੀ ਏਜੰਸੀਆਂ ਨੂੰ ਪੰਜਾਬ ਦੇ ਵਿੱਚ ਇੱਕ ਸਹੀ ਮਾਹੌਲ ਖਰਾਬ ਕਰਨੀ ਨਜ਼ਰ ਆ ਰਿਹਾ ਹੈ। ਇੱਕ ਘਟਨਾ ਕਰ ਦੋ ਤਾਂ ਇੱਥੇ ਕੁਝ ਨਾ ਕੁਝ ਉਲਟਾ ਅਦਗਰ ਹੋ ਜਾਂਦਾ ਹੈ। ਮੈਂ ਤੁਹਾਨੂੰ ਫਿਰ ਸ਼ੁਰੂ ਤੋਂ ਗੱਲ ਕਰਨਾ ਛੋਟੀ ਸਾਰੇ ਅਸੀਂ ਇਕੱਠੇ ਸੀ ਅਸੀਂ ਕੁਰਸੀ ਸਤਾ ਨਹੀਂ ਅਸੀਂ ਕਿ ਪੰਜਾਬ ਬਚਾਉਣਾ ਹੈ ਭੈਣਾਂ ਦੇ ਸੁਹਾਗ ਬਚਾਉਣੇ ਅਮਨ ਸ਼ਾਂਤੀ ਰਹਿਣਾ ਦਿੱਤਾ ਅਸੀਂ 40 40 ਸਾਲਾਂ ਦੇ ਵਿੱਚ ਧਰਮ ਦੇ ਠੇਕੇਦਾਰਾਂ ਨੇ ਤੇ ਪੰਜਾਬ ਦੇ ਪੋਲਿਟਿਸ਼ਨਾਂ ਨੇ ਅਸੀਂ ਕੀ ਸਿੱਖਿਆ ਲਈਤੀ ਅਸੀਂ ਹੁਣ ਕਹਿੰਦੇ ਗੱਲਾਂ ਪੁਰਾਣੀਆਂ ਹੋ ਗਈਆਂ ਗੱਲਾਂ ਪੁਰਾਣੀਆਂ ਨੇ ਜ਼ਖਮ ਹੱਲੇ ਨੇ ਪੰਜਾਬ ਦੇ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਫਿਰ ਉਸ ਐਂਗਲ ਦੇ ਵਿੱਚ ਫਿਰ ਆ ਚੁੱਕੇ ਹਾਂ ਇੱਕ ਗਰੁੱਪ ਨੂੰ ਫਿਰ ਤਿਆਰ ਕਰੋ ਫਿਰ ਦੂਜਾ ਗਰੁੱਪ ਨਾਲ ਲੜਾਓ ਜੋ ਜੋ ਵੀ ਪਹਿਲਾਂ ਕੀ ਸੀ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਨੇ ਭਿੰਡਰਾਂ ਵਾਲੇ ਨੂੰ ਤਿਆਰ ਕੀਤਾ ਸੀ ਅੱਜ ਕੋ ਮੰਨੇ ਨਾ ਮੰਨੇ ਅੱਜ ਮੰਨੇ ਨਾ ਮੰਨੇ ਇਤਿਹਾਸ ਦੇ ਪੁਰਾਣੇ ਬੜੇ ਬੜੇ ਬੋਲਣ ਵਾਲੇ ਦੇਖਣ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਪਹਿਲੇ ਇੰਦਰਾ ਗਾਂਧੀ ਜੀ ਕੋਲ ਜਰੋਂ ਗਏ ਸੀ ਇੰਦਰਾ ਗਾਂਧੀ ਕੋਲ ਗਏ ਜੋ ਉੱਥੋਂ ਆਏ ਸਾਰੀ ਗੱਲ ਤਾਂ ਉੱਥੇ ਜਿਹੜੀ ਮੁੜ ਕੇ ਹੱਥੋਂ ਨਿਕਲ ਕੇ ਅੱਗ ਲੱਗ ਗਈ ਪੰਜਾਬ ਦੇ ਵਿੱਚ ਸਵਾਲ ਹੈ ਕਿ ਅਸੀਂ ਉਸ ਰਸਤੇ ਤੇ ਤੱਕ ਨਹੀਂ ਚੱਲ ਰਹੇ ਆਉਣ ਵਾਲਿਆਂ ਦਾ ਰਸਤਾ ਨਹੀਂ ਚੱਲ ਰਹੇ ਚੱਲ ਰਹੇ ਮੈਂ ਕਹਿੰਦਾ ਸਰਕਾਰ ਤੋਂ ਪੁੱਛੀ ਸਰਕਾਰ ਕਹਿੰਦੀ ਵੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਇਸ ਮਾਹੌਲ ਬਿਲਕੁਲ ਠੀਕ ਹੈ ਦੇਖੋ ਕੋਈ ਐਸੀ ਵੋਲੇਟਿਲਟੀ ਨਹੀਂ ਜਿਸ ਤਰੀਕੇ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਦੇ ਖਿਲਾਫ ਨਾ ਮੈਂ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਖਿਲਾਫ ਹਾਂ ਮੇਰੇ ਕੋਲ ਤਾਂ ਜ਼ਿੰਦਗੀ ਦਾ ਜਿਹੜਾ ਅਨੁਭਵ ਹੈ ਇਹਨਾਂ ਕੋਲ ਕਿਸੇ ਕੋ ਹਨ ਅਭਵ ਥੋੜਾ ਹੈ ਇਹ ਤਾਂ ਕੁਰਸੀ ਥਾਣ ਲਈ ਕੋਈ ਵੀ ਫੈਸਲੇ ਕਰ ਲੈਂਦੇ ਮੈਂ ਨਹੀਂ ਕਰਦਾ ਨਾ ਮੇਰੀ ਕਿਸੇ ਨਾਲ ਵਿਰੋਧ ਹੈ ਮੈਨੂੰ ਪਤਾ ਸੱਚ ਬੋਲਣ ਦੀ سزا ਬੜੀ ਵੱਡੀ ਮਿਲਦੀ ਹੈ ਸਜ਼ਾ ਇਹ ਮੌਤ ਵੀ ਮਿਲਦੀ ਹੈ ਪਰ ਮੈਂ ਸੱਚ ਕਹਿ ਰਿਹਾ ਜੇ ਲੁੱਚੇ ਸੌਦੇ ਦੀ ਗੱਲ ਹੋਈ ਤੇ ਡਟ ਕੇ ਖੜੇ ਆ ਜੇ ਅੱਜ ਨਰਨਖਾਰੀਆਂ ਦੀ ਗੱਲ ਹੈ ਤੇ ਮੈਂ ਨਰਨਖਾਰੀਆਂ ਨੂੰ ਇਹ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰਾਂ ਨੂੰ ਵੀ ਉਹਨਾਂ ਕੋਲ ਜਾਓ ਵੀ ਤੁਹਾਡੇ ਗਲਤੀਆਂ ਦੇ ਕਰਕੇ ਜਾਂ ਤੁਹਾਡੇ ਵਿਰੋਧ ਕਰਕੇ ਜਾਂ ਤੁਹਾਡੇ ਕਾੜ ਦੇ ਕਰਕੇ ਸਾਡਾ ਪੰਜਾਬ ਤਬਾਹ ਹੋ ਚੁੱਕਾ ਹੈ ਪਹਿਲਾਂ ਪੰਜਾਬ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨਗਰੀ ਪਵਿੱਤਰ ਨਗਰੀ ਜਿਹਦੇ ਕਰਕੇ ਅਸੀਂ ਜਿਉਂਦੇ ਆਂ ਅਖੀ ਪੋਲੀਟੀਸ਼ੀਨ ਪੰਜਾਬ ਨੂੰ ਨਹੀਂ ਵਿਚਾਰ ਰਿਹਾ ਨਹੀਂ ਕਿ ਮੈਂ ਇੱਥੇ 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 ਤੇ ਮੈਂ ਤੁਹਾਨੂੰ ਰੋਕਣਾ ਇਸ ਵਾਸਤੇ ਜਾ ਰਿਹਾ ਹਾਂ ਤੁਸੀਂ ਬਾਰ ਬਾਰ ਨਿਰੰਕਾਰੀ ਸਮੂਲਾਇਬ ਉੱਤੇ ਤੁਹਾਡੀ ਜਿਹੜੀ ਟਿੱਪਣੀ ਹੋ ਰਹੀ ਹੈ ਤੇ ਉਹਦੇ ਨਾਲ ਜਿਹੜਾ ਮਾਹੌਲ ਵਿਗੜਿਆ 40 ਸਾਲ ਪਹਿਲਾਂ ਉਹਦੀ ਤੁਸੀਂ ਗੱਲ ਕਰ ਰਹੇ ਹੋ ਆਰਐਸਐਸ ਦੇ ਆਗੂ ਵੀ ਮਾਰੇ ਗਏ ਨੇ ਗਗਨੇਜਾ ਉਹਨਾਂ ਨੂੰ ਮਾਰਿਆ ਗਿਆ ਨਾਮਤਾਰੀ ਸੈਕਟ ਦੀ ਗੁਰੂ ਮਾਤਾ ਉਹਨਾਂ ਨੂੰ ਮਾਰਿਆ ਗਿਆ ਸ਼ਰਾਬਤੀ ਅਨਸਰ ਨੇ ਜੋ ਕਿ ਸਮਝਦੇ ਨੇ ਨਿਸ਼ਾਨਾ ਕਿਸ ਨੂੰ ਬਣਾਇਆ ਜਾ ਰਿਹਾ ਆਪਾਂ ਸਮਝੀ ਤਾਂ ਸਹੀ ਨਾ ਨਿਸ਼ਾਨਾ ਆਰਐਸਐਸ ਨੂੰ ਬਣਾਇਆ ਜਾਂਦਾ ਇੱਕ ਸਮੁਦਾਇ ਦੀ ਨੁਮਾਇੰਦਾ ਜਮਾਤ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਾਮਤਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਨਿਰੰਕਾਰੀਆਂ ਉਹਨਾਂ ਦੇ ਡੇਰੇ ਤੇ ਹਮਲੇ ਕੀਤੇ ਜਾਂਦੇ ਨੇ ਇਹ ਹਮਲੇ ਕੋਈ ਐਸੇ ਹਮਲੇ ਨਹੀਂ ਜੋ ਕਿ ਆਪਾਂ ਸਮਝੇ ਰੈਂਡਮਲੀ ਕਰਤੇ ਇਹਦੇ ਪਿੱਛੇ ਇੱਕ ਸੋਚ ਹੈ ਨਹੀਂ ਉਹ ਸ਼ਰਾਰਤ ਹੈ ਤੇ ਉਹ ਸ਼ਰਾਰਤ ਕੋਈ ਕਰਦਾ ਹੈ ਸ਼ਰਾਬਤੀ ਅਨਸਰ ਤਾਂ ਆਪਾਂ ਇਹ ਕਿਉਂ ਕਹੀਏ ਵੀ ਇਹ ਸਮੁਦਾਇ ਦੀ ਗਲਤੀ ਆ ਨਾਮਧਾਰੀ ਆ ਨਿਰੰਕਾਰੀਆਂ ਆ ਆਰਐਸਐਸ ਆਪਨੇ ਆਪ ਨੂੰ ਦੇਖੋ ਮੈਂ ਆਰਐਸਐਸ ਦੀ ਗੱਲ ਇਹਨਾਂ ਦੀ ਹਜੇ ਥੋੜੀ ਸਾਈਡ ਤੇ ਕਰੀਏ ਪਹਿਲੋ ਜਿਹੜਾ ਮੁੱਦਾ ਲੁੱਚੇ ਸੌਦੇ ਦਾ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਲੋਕ ਸਤਸੰਗ ਕਰ ਰਹੇ ਨੇ ਆਪਣੇ ਬੈਠੇ ਆਪਣੇ ਆਪਣੇ ਡੇਰੇ 'ਚ ਬੈਠੇ ਸਤਸੰਗ ਕਰ ਰਹਾ ਹੈ ਉਹਨੂੰ ਹੱਕ ਹੈ ਸਤਸੰਗ ਕਰਨ ਦਾ ਮੈਂ ਤਾਂ ਨਹੀਂ ਗੱਲ ਕੀਤੀ ਡੇਰਾ ਬਿਆਸਜੀ ਦੀ ਗੱਲ ਕੀਤੀ ਮੈਂ ਮੈਂ ਕੋਈ ਨਰੰਕਾਰੀਆਂ ਦੇ ਵਿਰੋਧ 'ਚ ਨਹੀਂ ਆ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਛੋਟਾ ਬੱਚਾ ਸੀ ਜਦੋਂ ਇਹ ਕਾਰਡ ਹੋਇਆ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਅੰਮ੍ਰਿਤਸਰ ਦਾ ਲੁੱਚੇ ਸੌਦੇ ਕਰਕੇ ਜੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਸਾਨੂੰ ਪੋਲਿਟਿਸ਼ੀਅਨਾਂ ਨੂੰ ਸੋਚਣਾ ਚਾਹੀਦਾ ਸੀ ਮੈਂ ਕੋਈ ਨਰਨਕਾਰੀਆ ਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਉਹਨਾਂ ਦੇ ਆਗੂਆਂ ਨੂੰ ਵੀ ਭਾਈ ਸਾਡਾ ਪੰਜਾਬ ਤੁਹਾਡੇ ਨਰਨਕਾਰੀ ਕਾਡ ਕਰਕੇ ਖਤਮ ਹੋ ਚੁੱਕਾ ਹੈ ਸਾਡੀ ਨਵੀਂ ਪੀੜ੍ਹੀ ਬਰਬਾਦ ਹੋ ਚੁੱਕੀ ਹੈ ਅੱਗੇ ਕੋ ਫਿਊਚਰ ਨਜ਼ਰ ਨਹੀਂ ਆਉਂਦਾ ਵਿਦੇਸ਼ਾਂ 'ਚ ਜਾ ਕੇ ਚੁੱਕੇ ਨਸ਼ਿਆਂ ਦੇ ਵਿੱਚ ਪੈ ਗਏ ਪੰਜਾਬ ਦਾ ਵਿਕਾਸ ਸਾਰਾ ਰੁਕ ਚੁੱਕਿਆ ਹੈ ਤੇ ਕਿਹਨੇ ਲਈ ਉਹਨਾਂ ਨੂੰ ਕਿਹਦੀ ਸਮਝਾ ਰਹੇ ਹੋ ਮੇਰੀ ਗੱਲ ਨਹੀਂ ਉਹਨਾਂ ਨੂੰ ਕਿਹੜਾ ਸਮਝਾ ਰਹੇ ਹੋ ਇਹ ਚੀਜ਼ ਤਾਂ ਸਮਝਾ ਨਹੀਂ ਉਹਨਾਂ ਨੂੰ ਵੀ ਲੋੜ ਮੈਂ ਕੋਈ ਕਿਸੇ ਦਾ ਬੁਲਾਰਾ ਨਹੀਂ ਸਰਕਾਰ ਕਮੇਟੀਆਂ ਜਾਂ ਇੱਥੇ ਅਸੀਂ ਕਮੇਟੀਆਂ ਜਿੱਥੇ ਬੰਦੀਆਂ ਬਣੀਆਂ ਹੋਈਆਂ ਨੇ ਜੋ ਕਿ ਜਿਨ੍ਹਾਂ ਨੂੰ ਜਿੱਥੇ ਠੀਕ ਲੱਗਦਾ ਹੈ ਜੋ ਗਲਤ ਲੱਗਦਾ ਉਸ ਦੇ ਖਿਲਾਫ ਆਪਣੇ ਮਨਮਰਜ਼ੀ ਦੇ ਨਾਲ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਾਰਵਾਈ ਕਰਦੇ ਦੇਖੋ ਜੀ ਕੋਈ ਵੀ ਕਾਰਵਾਈ ਆਪਣੇ ਕਿਸੇ ਨੂੰ ਆਪਣੇ ਹੱਥਾਂ ਨਾਲ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਮੈਂ ਵੀ ਕਹਿ ਰਿਹਾ ਹਾਂ ਵੀ ਸਰਕਾਰਾਂ ਜੇ ਉਹਨਾਂ ਨੂੰ ਲੱਗ ਰਿਹਾ ਹੈ ਸਰਕਾਰਾਂ ਨੂੰ ਕੁਝ ਗਲਤ ਹੋ ਰਿਹਾ ਕਰਨ ਉਹ ਸਰਕਾਰਾਂ ਦਾ ਕੋਈ ਧਿਆਨ ਨਹੀਂ ਪਹਿਲਾਂ ਜਾਂ ਹੁਣ ਇਹਨਾਂ ਚੀਜ਼ਾਂ 'ਚ ਕੋਈ ਧਿਆਨ ਨਹੀਂ ਅਸੀਂ ਆਪਣੇ ਬਿਜ਼ੀ ਲਾਈਫ ਹੈ ਸਾਡੀ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ ਮੇਰੀ ਗੱਲ ਸੁਣੋ ਜੋ ਜੋ ਸਾਡਾ ਇਹ ਫਰਜ਼ ਬਣਦਾ ਹੈ ਪੁਲਿਸ ਦਾ ਫਰਜ਼ ਬਣਦਾ ਹੈ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਨਰੰਕਾਰੀਆਂ ਦੇ ਆਗੂਆਂ ਕੋਲ ਜਾਣ ਵੀ ਸਾਡੇ ਪੰਜਾਬ ਦੇ ਆ ਆ ਹਾਲਾਤ ਖਰਾਬ ਹੋਏ ਨੇ ਤੁਸੀਂ ਆਪਣੇ ਆਪ ਨੂੰ ਕੁਝ ਸਮੇਂ ਲਈ ਇੱਥੇ ਨਾ ਐਕਟੀਵਿਟੀ ਕਰੋ ਕਿਉਂਕਿ ਸਾਡੇ ਹਾਲਾਤ ਖਰਾਬ ਹੁੰਦੇ ਨੇ ਜੇ ਪੰਜਾਬ ਚ ਦੁਬਾਰਾ ਅਗਲਾ ਕੀ ਕੌਣ ਜ਼ਿੰਮੇਵਾਰ ਹੈਰਾ ਮੈਨੂੰ ਦੱਸੋ ਅਸੀਂ ਹਜੇ ਤੱਕ ਉੱਠ ਪਾਇਆ ਚਾਲੀਆਂ ਸਾਲਾਂ ਚ ਮੈਨੂੰ ਜਵਾਬ ਦਿਓ ਕਿ ਅਸੀਂ ਪੰਜਾਬ ਉੱਠ ਪਾਇਆ ਤੁਸੀਂ ਮੈਂ ਦਾ ਤਕਾਜ਼ਾ ਕਿ ਇੱਕ ਇੱਕ ਧਰਮ ਦੇ ਫੱਕ ਬਗ ਦਾ ਤਕਾਜ਼ਾ ਇੱਕ ਸੈਕੂਲਰ ਮੁਲਕ ਦਾ ਨਾਇ ਦਾ ਤਕਾਜ਼ਾ ਕਿ ਇਹ ਵਾਜਬ ਠਹਿਰਾਦਾ ਹੈ ਵੀ ਤੁਸੀਂ ਜਾ ਕੇ ਕਿਸੇ ਸੈਕ ਨੂੰ ਕੋ ਵੀ ਤੁਸੀਂ ਆਪਣੀ ਗਤੀਵਿਧੀਆਂ ਬੰਦ ਕਰ ਦੋ ਉਸ ਵਕਤ ਜਦ ਤੱਕ ਜਦ ਤੱਕ ਇਹ ਉਹਨਾਂ ਦੀ ਜਿਹੜਾ ਕੰਮ ਉਹਨਾਂ ਦਾ ਪ੍ਰਚਾਰ ਹੈ ਕੋਈ ਕੋਈ ਫੰਡਾਮੈਂਟਲੀ ਵਿਰੋਧ ਥੋੜਨਾ ਹੈ ਮੈਂ ਤੁ ਮੈਂ ਕੋਹਾਂ ਦੇ ਖਿਲਾਫ ਨਹੀਂ ਆ ਮੈਂ ਇੱਕ ਗੱਲ ਕਹਿਣਾ ਜੇ ਹੌਲੀ-ਹੌਲੀ ਆਪਾਂ ਸਭ ਲੋਕ ਡੇਰੇਆਂ ਵਾਲੇ ਪਾਸੇ Hindu ਵੈ ਸਿੱਖ ਹੈ ਮੁਸਲਮਾਨੇ ਸਾਈ ਚਲੇ ਗਏ ਤੇ ਕੱਲ ਨੂੰ 20 ਹਜ਼ਾਰਾਂ ਬਾਅਦ 100 ਸਾਲ ਬਾਅਦ 150 ਸਾਲ ਬਾਅਦ ਸਾਡੇ ਗੁਰਦੁਆਰੇ ਸਾਡੇ ਮੰਦਰ ਕਿੱਥੇ ਜਾਣਗੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਮੈਂ ਕਿਸੇ ਦੇ ਵਿਰੋਧ ਚ ਨਹੀਂ ਆ ਮੈਂ ਮੈਂ ਡੇਰਾ ਬਿਆਸ ਦਾ ਤੁਹਾਨੂੰ ਬਾਰ-ਬਾਰ ਜ਼ਿਕਰ ਕਰ ਰਿਹਾ ਮੈਂ ਕਦੀ ਗਿਆ ਨਹੀਂ ਉੱਥੇ ਮੈਂ ਜ਼ਿਕਰ ਕਰ ਰਿਹਾ ਆ ਦਮਦਮੀ ਟਕਸਾਲਾ ਡੇਰਾ ਬਿਆਸ ਮੇਰੇ ਕਹਿਣ ਅਗਰ ਕਿਸੇ ਨੇ ਮਨ ਚ ਆ ਗਿਆ ਵੀ ਇੱਥੇ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਹੈ ਜਾਂ ਸਾਡੇ ਇੱਥੇ ਸਾਡੇ ਕ੍ਰਿਸ਼ਨ ਭਗਵਾਨ ਦਾ ਅਪਮਾਨ ਹੈ ਤਾਂ ਮੇਰੇ ਕਹਿਣ ਦਾ ਮਤਲਬ ਤੇ ਫਿਰ ਅਸੀਂ ਉਹਨਾਂ ਨੂੰ ਇਹ ਤਾਂ ਕਹਿ ਸਕਦੇ ਆ ਵੀ ਇਹਰੇ ਨਾਲ ਸਾਡੇ ਪੰਜਾਬ ਦੇ ਹਾਲਾਤ ਖਿਲਾਫ ਹੋ ਸਕਦੇ ਦੇਖੋ ਮੈਂ ਟੈਰਰਿਜ਼ਮ ਦੇ ਖਿਲਾਫ ਆ ਪਰ ਮੈਂ ਤੁਹਾਡੇ ਸਟੂਡੀਓ ਤੇ ਆਇਆ ਮੈਂ ਲੱਖੀ ਜੀ ਗਲਤ ਨਹੀਂ ਬੋਲਦਾ ਜ਼ਿੰਦਗੀ ਬੜੀ ਛੋਟੀ ਅੱਜ ਨਹੀਂ ਤੇ ਕੱਲ ਜਾਣਾ ਆਪਾਂ ਝੂਠ ਕਿਉਂ ਬੋਲੀਏ ਪੋਲਿਟਿਕਸ ਕਰਾਂਗੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਗੱਲ ਪੰਜਾਬ ਦੇ ਸਿਆਸਤਦਾਨ ਕਿਉਂ ਨਹੀਂ ਕਹਿ ਪਾਰੇ ਸਮਝ ਕਿਉਂ ਨਹੀਂ ਆ ਰਹਾ ਅਸੀਂ ਦੇਖਿਆ ਵੀ ਜੇ ਰਾਜਾ ਸੰਸੀ ਦੀ ਘਟਨਾ ਉਸ ਤੋਂ ਪਹਿਲਾਂ ਦਸਹਰੇ ਦੇ ਇੱਥੇ ਇੱਕ ਬੜੀ ਵੱਡੀ ਤ੍ਰਾਸਦੀ ਹੋ ਗਈ ਸੀ ਪੰਜਾਬ ਦੇ ਵਿੱਚ 61 ਲੋਕ ਟ੍ਰੇਨ ਰੱਗਿਆ ਕੇ ਮਰ ਗਏ ਸੀ ਜਿਹੜੇ ਸਾਡੇ ਸਿਆਸੀ ਸਿਆਸਤਦਾਨਾਂ ਦੇ ਬਿਆਨ ਨੇ ਉਹਨਾਂ ਨੇ ਮੰਨ ਭਾਗੇ ਨੇ ਇੱਕ ਦੂਸਰੇ ਨੂੰ ਇਲਜ਼ਾਮ ਲਾ ਰਹੇ ਨੇ ਅੱਜ ਸੁਖਬੀਰ ਬਾਦਲ ਕਹਿ ਰਹੇ ਨੇ ਵੀ ਬਲਜੀਤ ਸਿੰਘ ਦਾਦੂਵਾਲ ਕਰਾ ਰਹੇ ਨੇ ਇਹ ਜਿਹੜਾ ਜਿਹੜਾ ਹਮਲਾ ਹੋਇਆ ਦਾਦੂਵਾਲ ਕਹਿੰਦੇ ਨੇ ਸੁਖਬੀਰ ਬਾਦਲ ਤੇ ਡੇਰਾ ਸੱਚਾ ਸੌਦਾ ਨੇ ਕਰਾਇਆ ਹੈ ਏਜੰਸੀਆਂ ਕਰਾ ਰੀਆਂ ਫੁਲਕਾ ਸਾਦਾ ਬਿਆਨ ਆ ਗਿਆ ਸੀਗਾ ਵੀ ਆਰਮੀ ਚੀਫ ਨੂੰ ਉਹਨਾਂ ਦੇ ਸਵਾਲ ਖੜੇ ਕਰਤੇ ਫਿਰ ਵਾਪਸ ਲੈਣਾ ਪਿਆ ਉਹਨਾਂ ਨੂੰ ਬਿਆਨ ਅੱਪਾ ਜਾ ਕਿੱਧਰ ਰਹੇ ਸਾਡੇ ਸਿਆਸਤਦਾਨ ਇਸ ਤਰੀਕੇ ਦੀ ਸਿਆਸਤ ਕਰਦੇ ਨੇ ਅਸੀਂ ਵਾਕਈ ਆਪਣੀਆਂ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਾਂਗੇ ਤੁਸੀਂ ਤਾਂ ਅਤਵਾਦ ਦੇ ਨਾਲ ਇੱਕ ਲੜਾਈ ਲੜਦੇ ਰਹੋ ਤੁਹਾਨੂੰ ਲੱਗਦਾ ਨਹੀਂ ਵੀ ਸਿਕਿਉਰਿਟੀ ਏਜੰਸੀਆਂ ਦਾ ਕੰਮ ਹੋਰ ਔਕਾ ਹੋ ਜਾਂਦਾ ਹੈ ਜਦੋਂ ਇਸ ਕਿਸਮ ਦੀ ਬਿਆਨਬਾਜ਼ੀ ਹੋਰ ਤੇਜ਼ ਹੋ ਜਾਏ ਗੱਲ ਬਿਲਕੁਲ ਲੱਕੀ ਜੀ ਮੈਂ ਸਪਸ਼ਟ ਕਹਿ ਦਿਆ ਅਸੀਂ ਪੋਲੀਟੀਸ਼ੀਅਨ ਨੇ ਪੰਜਾਬ ਨੂੰ ਤਬਾਹ ਕੀਤਾ ਇੱਧਰ ਕਿਉਂ ਨਹੀਂ ਜਾਂਦੇ ਕਿ ਉਹ ਵਾਈਟ ਪੇਪਰ ਜਾਰੀ ਨਹੀਂ ਹੁੰਦਾ ਕਿ ਪੰਜਾਬ ਬਰਬਾਦ ਕਿ ਪੰਜਾਬ ਅੱਜ ਤਬਾਹੀ ਦੇ ਰਸਤੇ ਤੇ ਕੌਣ ਆਇਆ ਕੋਈ ਗਿਆ ਸਾਰੇ ਸਾਰੇ ਜ਼ਿੰਮੇਵਾਰ ਨੇ ਹਮਾਂਵੇਂ ਸਭ ਨੰਗੇ ਹੈ ਤੋ ਵਾਈਟ ਪੇਪਰ ਕੌਣ ਜਾਰੀ ਕਰੇਗਾ ਨਹੀਂ ਕਰੇਗਾ ਤੇ ਅੱਜ ਵੀ ਅਸੀਂ ਉਸ ਜਗ੍ਹਾ ਤੇ ਬੰਬਾਂ ਗੋਲੀਆਂ ਤੇ ਖੜ ਗਏ ਅੱਜ ਵੀ ਬਰੂਦੀ ਤੇ ਖੜ ਗਏ ਆਉਣ ਵਾਲਾ ਇਤਿਹਾਸ ਸਾਨੂੰ ਕਦੀ ਮਾਫ਼ ਨਾ ਕੀਤਾ ਨਾ ਕਰੇਗਾ ਜੋ ਅਸੀਂ ਹੁਣ ਕਰਨ ਜਾ ਰਹੇ ਹਾਂ ਜੋ ਹੋਣਾ ਅਸੀਂ ਕਦੀ ਦਾਦੂ ਵਾਲ ਕਦੀ ਫਲਾਣਾ ਉਹ ਅਸੀਂ ਇਹਨਾਂ ਦੇ ਨਾਲ ਪੰਜਾਬ ਦੀ ਬਰਬਾਦੀ ਹੋਏਗੀ ਪੰਜਾਬ ਕਦੀ ਵੰਡ ਨਹੀਂ ਸਕਦਾ ਪੰਜਾਬ ਦੀ ਗੁਰੂ ਮਹਾਰਾਜ ਦੀ ਸਿੱਖੀ ਨੂੰ ਪੂਰਪੂਰਤ ਕਰਨ ਦਾ ਕੰਮ ਕਰੀਏ ਰੋਜ਼ ਕਿਰਪਾਨਾ ਕੱਢ ਲਓ ਔਰ ਰੋਜ਼ ਬੰਦੂਕਾਂ ਗੋਲੀਆਂ ਦਿਖਾ ਦਿਓ ਰੋਜ਼ ਬੰਬਾਂ ਉਹ ਕਿੰਨਾ ਨੂੰ ਬੰਬਾਂ ਨਾਲ ਡਰਾਉਂਦੇ ਹੋ ਤੁਸੀਂ ਸਾਨੂੰ ਡਰਾਉਂਦੇ ਹੋ ਰੋਜ਼ ਧਮਕੀਆਂ ਦਿੰਦੇ ਨੇ ਮਾਰ ਦੇਾਂਗੇ ਫਲਾਣਾ ਕਰ ਦੇਾਂਗੇ ਉਹ ਤਿਆਰ ਖੜੇ ਆ ਮਰ ਲਈ ਅਸੀਂ ਦੇਸ਼ ਨੂੰ ਬਚਾਉਣ ਲਈ ਤਿਆਰ ਖੜੇ ਹਾਂ ਤੁਸੀਂ ਦੇਸ਼ ਨੂੰ ਤੋੜਨ ਲਈ ਤਿਆਰ ਤੁਸੀਂ ਬਿੱਟਾ ਸਾਹਿਬ ਤੁਸੀਂ ਮੰਨਦੇ ਵੀ ਵਿਦੇਸ਼ੀ ਵਿਦੇਸ਼ਾਂ ਦੇ ਵਿੱਚ ਇੱਕ ਮਾਹੌਲ ਬਣਾਇਆ ਜਾ ਰਿਹਾ ਅਸੀਂ ਪਹਿਲਾਂ ਵੀ ਰੈਫਰੈਂਡਮ 2020 ਦੇ ਉੱਤੇ ਤੁਹਾਡੇ ਨਾਲ ਬਹੁਤ ਵਿਸਤਾਰ ਨਾਲ ਚਰਚਾ ਹੋਈ ਸੀ एसएफजे की कर रहा है मोल्स लब रहे ने जे इंटेलिजेंस एजेंसीया ये आपा गल मान लीये ततार सादे जुड़े हुए ने एक बहुत सोच समझ के एक साजिश कीती जा रही है स्लीपर सेलਾਂ ਦੇ ذریعے ਮੋਡਿਊਲ ਦੇ ذریعے ਕਿਸੇ ਨਹੀਂ ਘਟਨਾ ਹੁਣ ਤੱਕ ਕਸ਼ਮੀਰੀ ਸੈਪਰੇਟਿਸਟ ਵੀ ਕਹਿ ਰਹੇ ਕਿ ਖਾਲਸਤਾਨ ਦੇ ਨਾਲ ਕੁਝ ਬੈਕਡੋਰ सिनर्जीज ਬਣਦੀਆਂ ਪਈਆਂ ਨੇ ਉਹ ਸਾਰੇ ਹਾਲਾਤ ਦੇ ਵਿੱਚ ਇਹ ਅਤਵਾਦ ਦੇ ਖਿਲਾਫ ਫਾਈਟ ਹੁਣ ਥੋੜੀ ਔਖੀ ਨਜ਼ਰ ਆ ਰਹੀ ਹੈ ਕਿ ਕ ドラਮਾ ਜਿਹੜੀਆਂ ਲਗਾਤਾਰ ਇੱਕ ਤੋਂ ਬਾਅਦ ਹੋ ਰਹੀਆਂ ਨੇ ਆਪਾਂ ਮੰਨਦੇ ਨੇ ਗਰਾਉਂਡ ਬੇਸ ਨਹੀਂ ਐਥੇ ਅਤਵਾਦ ਨੂੰ ਪੰਪਨ ਦੇ ਲਈ ਐਥੇ ਉਹ ਗਰਾਉਂਡ ਸੋਲਜਰ ਅਵੇਲੇਬਲ ਨਹੀਂ ਨੇ ਪੰਜਾਬ ਦੇ ਵਿੱਚ ਲੇਕਿਨ ਕੀ ਇਹ ਚੀਜ਼ ਥੋੜੀ ਜੀ ਜ਼ਿਆਦਾ ਓਵਰ ਕ ਲੋਕਾਂ ਨੇ ਲੋਕਾਂ ਨੇ ਜ਼ਖਮ ਵੀ ਲੈਨੇ ਤੇ ਆ ਜਿਹੜੀ ਬੇਦਬੀ ਦੀਆਂ ਘਟਨਾਵਾਂ ਹੋ ਗਈਆਂ ਉਹਨਾਂ ਨੇ ਮਾਹੌਲ ਨੂੰ ਅਜੇ ਹੋਰ ਵੀ ਜ਼ਿਆਦਾ ਵਧਾਤਾ ਪੰਨੂ ਨੂੰ ਤਾਂ ਅਲੱਗ ਕਰ ਦਿਓ ਰੈਫਰੰਡਮ ਨੂੰ ਤਾਂ ਅਲੱਗ ਕਰ ਦਿਓ ਇਹ ਤਾਂ ਅਸੀਂ ਦਿੱਲੀ ਦੇ ਵਿੱਚ 12 ਤਰੀਕ ਨੂੰ ਫੰਕਸ਼ਨ ਕਰਕੇ ਹਜ਼ਾਰਾਂ ਨੌਜਵਾਨ ਇਕੱਠੇ ਕਰਕੇ ਜਦੋਂ ਕੀਤਾ ਤੇ ਇਹਨਾਂ ਦਾ 500 ਬਣੀ ਹੋਇਆ ਉਹ ਤੁਹਾਡੇ ਵੀ ਚੈਨਲ ਲੱਗੇ ਰਹੇ ਤੇ ਬੰਦੇ ਇਕੱਠੇ ਹੋ ਰਹੇ ਬੰਦੇ ਇਹਨਾਂ ਦਾ ਤਾਂ ਇਹਨਾਂ ਦੀ ਤਾਂ ਛੱਡ ਦਿਓ ਇਹਨਾਂ ਨੇ ਕੀ ਖਾਲਸਤਾਨ ਬਣਾਇਆ ਖਾਲਸਤਾਨ ਨਾ ਬੜਿਆ ਨਾ ਕਦੀ ਅਸੀਂ ਬਣਦੇ ਆਂਗੇ ਵਿਦੇਸ਼ਾਂ 'ਚ ਬੈਠੇ ਗੁਰੂ ਮਹਾਰਾਜ ਦੇ ਸੱਚੇ ਸਿੱਖਾਂ ਨੂੰ ਆਪਾਂ ਬਦਨਾਮ ਨ ਇਹ ਪੰਨੂ ਵਰਗੀਆਂ ਕਰਕੇ ਚੰਦ ਬੰਦਾ ਹੁਣ ਮੈਂ ਕਹਿੰਨਾ ਪੰਨੂ ਨਾਲ ਜੇ 500 ਬੰਦਾ ਇਕੱਠਾ ਹੋਇਆ ਆਪਾਂ ਸਾਰਿਆਂ ਨੂੰ ਖਾਲਸਤਾਨੀ ਕਹਦੇਗੇ ਇੱਥੇ ਵੀ ਜਰੂ ਅਸੀਂ ਰੈਲੀਆਂ ਕਰਦੇ ਆਂ ਬੜੀ ਪਾਰਟੀਆਂ ਦੇ ਲੋਕ ਲੋਕੀ ਸਾਡੇ ਨਾਂਵਾਂ ਨੂੰ ਆਉਂਦੇ ਨੇ ਕੋ ਤੁਹਾਡੇ ਨਾਂ ਨੂੰ ਆਉਂਦਾ ਕੋ ਮੇਰੇ ਨਾਂ ਨੂੰ ਉਹਨੂੰ ਨਹੀਂ ਪਤਾ ਕਿੱਧਰ ਜਾ ਰਹੇ ਸਾਰਿਆਂ ਨੂੰ ਕਹਦੇ ਨੇ ਖਾਲਸਤਾਨੀ ਇਹ ਗਲਤ ਹੈ 50 100 150 ਬੰਦਾ ਹੋ ਪਰ ਐਡੇ ਵੱਡੇ ਗੁਰੂ ਮਹਾਰਾਜ ਦੇ ਸੱਚੇ ਸਿੱਖ ਉਥੇ ਪੰਜਾਬ ਦੇ ਸਿੱਖ ਸਮਾਜ ਤੋਂ ਵੀ ਇਹ ਧਰਮ ਦੇ ਠੇਕੇਦਾਰਾਂ ਨੂੰ ਕਿਤੇ ਅੱਗੇ ਜਾ ਕੇ ਸਿੱਖੀ ਨੂੰ ਪ੍ਰਪੋਲਰ ਕਰਦੇ ਆ ਆਪਾਂ ਵਿਦੇਸ਼ਾਂ ਸਾਰੇ ਸਿੱਖਾਂ ਨੂੰ ਅਤਵਾਦੀ ਕਹਦੇ ਆਗੇ ਨਹੀਂ ਕਹਿ ਸਕਦੇ ਜੋ ਸਾਨੂੰ ਗਲਤ ਕਹਿੰਦੇ ਨੇ ਸਾਨੂੰ ਮਾੜੇ ਸ਼ਬਦ ਬੋਲਦੇ ਨੇ ਸਾਡੇ ਪੰਜਾਬ ਚ ਪੋਲਿਟਿਸ਼ਨਾਂ ਦੀ ਕਮੀ ਆ ਅਸੀਂ ਪੰਜਾਬ ਨਸ਼ੇ ਨਹੀਂ ਠੀਕ ਕਰ ਸਕੇ ਅਸੀਂ ਪੰਜਾਬ ਦਾ ਵਿਕਾਸ ਨਹੀਂ ਚੰਗੀ ਤਰ੍ਹਾਂ ਠੀਕ ਕਰ ਸਕੇ ਅਸੀਂ ਪੰਜਾਬ ਦੇ ਵਿੱਚ ਨੌਜਵਾਨੀ ਪੀੜ੍ਹੀ ਨੂੰ ਬਰਬਾਦ ਕਰਤਾ ਆਪਾਂ ਐਜੂਕੇਸ਼ਨ ਨਹੀਂ ਦੇ ਸਕੇ ਆਪਾਂ ਹਸਪਤਾਲਾਂ ਦਾ ਮੁਹਈਆ ਨਹੀਂ ਕਰ ਸਕੇ ਇਹ ਸਾਡੇ ਦੇ ਵਿੱਚ ਅਸੀਂ ਧਰਮ ਦੇ ਨਾਂ ਦੇ ਉੱਤੇ ਹੋ ਕੀ ਸਕਦਾ ਹੁਣ ਅਸੀਂ ਨਹੀਂ ਅਸੀਂ ਧਰਮ ਦੇ ਨਾਂ ਦੇ ਮੇਰਾ ਮਹੌਲ ਤਾਂ ਬਣ ਇਹ ਕਿਹੜਾ ਮਹੌਲ ਸੀ 78 80 ਦੇ ਵਿੱਚ ਜਿੰਮੇਦਾਰ ਕੌਣ ਹੈ ਇਹ ਰਾ ਜਿੰਮੇਦਾਰ ਪੋਲਿਟੀਸ਼ਨ ਹੈ ਨਾ ਪੋਲਿਟੀਸ਼ਨ ਤਾਂ ਮੰਨਦੇ ਆਪਾਂ ਪੋਲਿਟੀਸ਼ਨ ਹੈ ਨਾ ਤਾਂ ਮੰਨਦੇ ਆਪਾਂ ਉਹਦੇ ਤੋਂ ਕੋਈ ਦੋਸ਼ ਨਹੀਂ ਉਹਦੇ ਤੋਂ ਕੋਈ ਦੋਸ਼ ਨਹੀਂ ਤੇ ਵਿਦੇਸ਼ਾਂ ਚ ਲੋਕ ਸਾਨੂੰ ਮਾੜੇ ਸ਼ਬਦ ਕਹਿੰਦੇ ਨੇ ਕਹਿਣਗੇ ਕਿਉਂ ਨਹੀਂ ਕਹਿਣਗੇ ਕਿਉਂਕਿ ਅਸੀਂ ਗਲਤ ਕੰਮ ਕਰਦੇ ਆਂ ਅੱਜ ਅਸੀਂ ਸੁਧਾਰ ਲਈਏ ਅਸੀਂ ਆਪਣੇ ਆਪ ਨੂੰ ਵਿਦੇਸ਼ਾਂ ਚ ਕਰੋੜਾਂ ਰੁਪਏ ਦਾ ਫੰਡ ਜਿਹੜਾ ਲੋਕਾਂ ਨੂੰ ਹੋਰ ਨਾਲ ਨੂੰ ਜਾਂਦਾ ਪੰਜਾਬ ਦੇ ਹਾਲਾਤ ਖਰਾਬ ਕਰਨ ਨੂੰ ਉਹ ਫੰਡ ਹਸਪਤਾਲਾਂ ਲਈ ਆਵੇ ਉਹ ਪੰਜਾਬ ਦੀ ਐਜੂਕੇਸ਼ਨ ਲਈ ਆਵੇ ਉਹ ਪੰਜਾਬ ਦੀ ਸੜਕਾਂ ਲਈ ਲੋਕ ਪੈਸੇ ਦੇਣ ਨੂੰ ਤਿਆਰ ਬੈਠੇ ਨੇ ਵਿਦੇਸ਼ਾਂ ਦੇ ਤੋਂ ਅਰਮਾ ਡਾਲਰ ਲੋਕ ਸਾਡੇ ਪੰਜਾਬ ਨੂੰ ਦੇਣ ਨੂੰ ਤਿਆਰ ਬੈਠੇ ਨੇ ਤੁਸੀਂ ਤੁਸੀਂ ਬਹੁਤ ਇੱਕ ਗੱਲਾਂ ਕਰਦੇ ਹੋ ਤੇ ਤੁਸੀਂ ਬਹੁਤ ਤੁਹਾਡੇ ਅੰਦਰ ਦਰਦ ਵੀ ਮੈਂ ਵੇਖਿਆ ਹੈ ਲੇਕਿਨ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਹੈ ਜਿਹੜੀ ਬੈਂਸਿਮ ਸਿਆਸੀ ਪਾਰਟੀਆਂ ਨੇ ਉਹਦੇ ਵਿੱਚ ਚੰਗੇ ਤਾਂ ਚੰਗਾ ਪੋਲਿਟਿਸ਼ੀਅਨ ਆਉਂਦੇ ਉਸ ਨੂੰ ਸਮਝ ਆ ਜਾਂਦਾ ਵੀ ਵੋਟ ਬੈਂਕ ਪੋਲਿਟਿਕਸ ਕੀ ਹੈ ਵੋਟਾਂ ਦੇ ਪਿੱਛੇ ਕਿਵੇਂ ਕਿਵੇਂ ਫਿਰਕਿਆਂ ਦੇ ਵਿੱਚ ਵੰਡੇ ਜਾਣਾ ਕਿ ਦੀ ਫੇਵਰ ਕਰਨੀ ਦਲਤ ਦਾ ਵੀ ਸਾਥ ਦੇਣਾ ਹੈ ਤੇ ਸਹੀ ਨੂੰ ਵੀ ਸੁਣਨਾ ਨਹੀਂ ਇਹ ਸਾਰੀਆਂ ਮਜਬੂਰੀਆਂ ਨੇ ਸਿਆਸਤ ਸਿਆਸਤ ਮੈਂ ਇਸ ਕਰਕੇ ਤੁਹਾਡੇ ਅੱਗੇ ਬੋਲਦਾ ਕਿ ਮੈਂ ਜਦੋਂ ਪਹਿਲੀ ਇਲੈਕਸ਼ਨ ਲੜੀ ਸੀ ਅੰਮ੍ਰਿਤਸਰ ਦੇ ਅੰਦਰ ਮੈਨੂੰ ਮੈਂ ਇਲੈਕਸ਼ਨ ਨਹੀਂ ਲੜਦਾ ਸੀ ਪਰ ਜਦੋਂ ਬੇਗੁਨਾਹਾਂ ਦੇ ਕਾਤਲਾਂ ਨੇ ਕਿਹਾ ਬਿੱਟਾ ਇਲੈਕਸ਼ਨ ਲੜੇਗਾ ਤੇ ਬੰਬਾਂ ਨਾਲ ਉਡਾ ਦੇਂਗੇ ਜਿਹੜਾ ਵੋਟ ਪਾਣ ਜਾਏਗਾ ਹੱਥ ਕੱਢ ਦੇਾਂਗੇ ਅਸੀਂ ਪੰਜਾਬ ਦੇ ਲੋਕਤੰਤਰ ਲਈ ਪੰਜਾਬ ਦੀ ਅਮਨ ਸ਼ਾਂਤੀ ਲਈ ਇਲੈਕਸ਼ਨ ਲੜੀ ਜਿੱਤੀ ਅਮਨ ਸ਼ਾਂਤੀ ਦਿੱਤਾ ਤੇ ਛੱਡ ਕੇ ਚਲੇ ਗਏ ਦੁਬਾਰਾ ਇਲੈਕਸ਼ਨ ਦੀ ਟਿਕਟ ਮਿਲੀ ਉਹਨੂੰ ਗਲਤ ਫਾਰਮ ਭਰ ਕੇ ਛੱਡਤਾ ਇਸ ਕਰਕੇ ਮੈਂ ਤੁਹਾਡੇ ਅੱਗੇ ਬੋਲਦਾ ਮੈਂ ਰਾਜਨੀਤੀ ਨੂੰ ਅਨੁਭਵ ਕੀਤਾ ਰਾਜਨੀਤੀ ਨੂੰ ਰਿਸਰਚ ਕਰਦਾ ਮੈਂ ਕਿ ਅਸੀਂ ਰਾਜਨੀਤੀ 'ਚ ਕਿਉਂ ਆਉਣੇ ਆ ਸਾਡਾ ਮਕਸਦ ਕੀ ਆ ਸਾਡੀ ਸੋਚ ਕੀ ਆ ਅਸੀਂ ਕਿਸੇ ਦਾ ਤਰਥ ਨਹੀਂ ਖਾਂਦੇ ਸਾਨੂੰ ਨਾ ਮੁਲਕ ਪਿਆਰਾ ਹੁੰਦਾ ਨਾ ਸਾਨੂੰ ਧਰਮ ਪਿਆਰਾ ਹੁੰਦਾ ਸਾਨੂੰ ਸਿਰਫ ਹੁੰਦੀ ਹੈ ਤੇ ਵੋਟ ਪਿਆਰਾ ਹੁੰਦਾ ਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਪਿਆਰਾ ਹੁੰਦਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਾਜਨੀਤੀ ਕਰਦੇ ਆਂ ਨੇ ਹੁਣ ਤੁਹਾਡੀ ਸਲਾਹ ਕੀ ਹੈ ਕੈਪਟਨ ਨਵਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ ਸੁਖਵੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਨਵੇਂ ਅਹਿਮ ਧਿਰਾਂ ਨੇ ਉਧਰ ਸੁਖਪਾਲ ਖੈਰਾ ਹਰਪਾਲ ਚੀਮਾ ਆਮ ਆਦਮੀ ਪਾਰਟੀ ਇੱਕ ਮਹੌਲ ਹੈ ਪੰਜਾਬ ਦੇ ਵਿੱਚ ਬੀਜੇਪੀ ਦਾ ਆਪਣਾ ਇੱਕ ਰੋਲ ਹੈ ਸੈਂਟਰ ਦੇ ਵਿੱਚ ਉਹਨਾਂ ਦੀ ਭੂਮਿਕਾ ਹੈ ਇਹ ਸਾਰੇ ਸਿਆਸਤਦਾਨਾਂ ਨੂੰ ਜੋ ਕਿ ਅੱਜ ਕਿਸੇ ਵੀ ਪਾਰਟੀ ਵੱਲੋਂ ਕੋਈ ਜ਼ਿਆਦਾ ਮੈਨੂੰ ਤਾਂ ਲੱਗਦਾ ਵੀ ਸੋਹਰ ਦਾ ਬਿਆਨ ਸਿਰਫ ਕੈਪਟਨ ਰਵਿੰਦਰ ਸਿੰਘ ਨੂੰ ਛੱਡ ਕੇ ਨਹੀਂ ਆ ਰਿਹਾ ਕਿਉਂਕਿ ਉਹ ਸੱਤਾ ਦੇ ਵਿੱਚ ਬੈਠੇ ਨੇ ਉਹਨਾਂ ਦਾ ਕੰਮ ਹੈ ਜ਼ਿੰਮੇਵਾਰੀ ਲੈਣਾ ਤੇ ਉਹਨਾਂ ਦਾ ਕੰਮ ਹੈ ਇੱਕ ਚੰਗਾ ਬਿਆਨ ਦੇਣਾ ਲੇਕਿਨ ਹੋਰ ਸਾਰੀਆਂ ਪਾਰਟੀਆਂ ਨੇ ਇਸ ਪੂਰੇ ਆਪਾਂ ਕਹਿ ਸਕਦੇ ਉਸ ਨੂੰ ਜਿਹੜਾ ਡਿਸਕੋਰਸ ਹੈ ਉਸ ਨੂੰ ਦੂਸਰੇ ਪਾਸੇ ਲੈ ਗਈਆਂ ਨੇ ਇੱਕ ਦੂਸਰੇ ਦੇ ਬਿਆਨ ਬਾਜ਼ੀਆਂ ਕਰਕੇ ਚਿੱਟਾ ਕਸ਼ੀ ਕਰਕੇ ਤੇ ਉਹ ਮਾਹੌਲ ਤਾਂ ਉਹਵੇਂ ਦਾਵੇਂ ਪਕਦਾ ਪਿਆ ਹੈਗਾ ਸੁਲਗਦਾ ਪਿਆ ਹੈਗਾ ਕਦੇ ਵੀ ਚਿੰਗਾਰੀ ਪਾਮੜੋਂ ਜਾ ਸਕਦੀ ਹੈ ਮੇਰਾ ਜਿਹੜਾ ਇਹ ਕਨਵਬ ਹੈ ਰਾਜਨੀਤਿਕ ਤਮਾਸ਼ਾ ਬਣ ਕੇ ਰਹਿ ਗਈ ਰਾਜਨੀਤਿਕ ਵਪਾਰ ਦੇ ਅੱਡੇ ਬਣ ਕੇ ਰਹਿ ਗਈ ਰਾਜਨੀਤੀ ਧਰਮ ਨੂੰ ਵੇਚਣ ਵਾਲੀ ਰਹਿ ਗਈ ਰਾਜਨੀਤੀ ਲੁੱਚੇ ਸੌਦੇ ਵਰਗਿਆਂ ਨੂੰ ਧਰਮ ਦਾ ਸਾਡੇ ਸਿੱਖ ਕੌਮ ਦਾ ਔਰ ਕ੍ਰਿਸ਼ਨ ਭਗਵਾਨ ਦਾ ਅਪਮਾਨ ਕਰਨ ਵਾਲੇ ਨੂੰ ਵੀ ਧਰਮ ਨੂੰ ਛੱਡ ਕੇ ਉਧਰ ਜਾਣ ਵਾਲੀ ਰਹਿ ਗਈ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਵੋਟ ਔਰ ਸਤਾ ਆ ਕੁਰਸੀ ਸਾਡਾ ਇੱਕ ਮਕਸਦ ਹੈ ਪੰਜਾਬ ਜਹਾਂ ਜਿੱਥੇ ਮਰਜੀ ਜਾਵੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਵੇ ਜੇ ਅਪਮਾਨ ਹੋ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਰਾਜਨੀਤੀ ਕਰਨੀ ਨਹੀਂ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਮੇਰੇ ਵਰਗਾ ਬੰਦਾ ਸੋਚ ਰਿਹਾ ਹੈ ਵੀ ਇਹ ਲੁੱਟੇ ਸੌਦੇ ਦਾ ਹੱਥ ਹੋ ਸਕਦਾ ਹੈ ਜਿਹਦੇ ਖਿਲਾਫ ਸੱਤਾਂ ਲੜਿਆ ਇਹ ਦਾਦੂਵਾਲ ਸਾਹਿਬ ਨੂੰ ਨਹੀਂ ਪਤਾ ਜਿਹੜੇ ਉਹਨੂੰ ਕਲੀਨ ਚਿੱਟ ਦਿੰਦੇ ਸੀ ਇਹਦਾ ਪੰਜਾਬ ਨਾਲ ਕੋਈ ਤੱਲਕ ਨਹੀਂ ਖੜਿਆ ਸੀ ਹਜ਼ਾਰਾਂ ਵਾਰ ਪਰਚੇ ਦਰਜ ਹੋਏ ਅਸੀਂ ਉਹਨੂੰ ਛੱਡ ਨਹੀਂ ਸਕਦੇ ਦਾਦੂਵਾਲ ਨੇ ਤਾਂ ਉਲਟਾ ਡੇਰੇ ਸੱਚੇ ਸਾਧ ਦੇ ਖਿਲਾਫ ਬਹੁਤ ਜ਼ਿਆਦਾ ਨਾਮੰਦਿਕਰੀ ਹੈ ਨਹੀਂ ਲक्की ਜੀ ਕਰੋ ਬੋਲੇ ਉਹਨਾਂ ਦਾ ਤੁਹਾਡਾ ਨਗਰ ਕਿੰਨੀਆਂ ਐਫਆਈਆਰਾਂ ਦਰਜ ਹੋਈਆਂ ਐਫਆਈਆਰਾਂ ਕਿ ਨਾਮ ਸਰਚਾਵਾਂ ਰੁਕਵਾਂ ਦੀ ਕੋਸ਼ਿਸ਼ ਕੀਤੀ ਆਪਾਂ ਸਹੀ ਨਹੀਂ ਸਹੀ ਕਾਥੇ ਹੈ ਮੈਂ ਇੱਕ ਗੱਲ ਦਾ ਸਵਾਲ ਫੇਰ ਪੁੱਛਣਾ ਚਾਹੁੰਨਾ ਇੱਕ ਸਵਾਲ ਤਾਂ ਉਹਨਾਂ ਨੂੰ ਪੁੱਛ ਲਓ ਵੀਡੀਓ ਕਢਵਾ ਲਓ ਵੀ ਪੰਜਾਬ ਨਾਲ ਲੁੱਚੇ ਸੌਦੇ ਦਾ ਕੋਈ ਤੱਲਕ ਨਹੀਂ ਇਹਦਾ ਤਾਂ ਹਰਿਆਣੇ ਨਾਲ ਮਾਰਕੀਟ ਜਰਨਲ ਲਈ ਆ ਤਾਮੀਨਾ ਨੂੰ ਮਾਫ ਕਰੀਏ ਉਹਨੂੰ ਤਾਂ ਫਾਂਸੀ ਦੇ ਫੰਦੇ ਤੁਸੀਂ ਕਿੰਨਾ ਪੰਜਾਬ ਤੋਂ ਪਰੇ ਕਰਤਾ ਉਹਨੂੰ ਵਾਏ ਕਿਉਂ ਪੰਜਾਬ ਤੋਂ ਪਰੇ ਕਰਤਾ ਉਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਉਹਨੇ ਉਹਨੇ ਪੰਜਾਬ ਦੇ ਵਿੱਚ ਉਹਨੇ ਇੰਨੀ ਬਰਬਾਦੀ ਇਹੀ ਗੱਲ ਉਹਦੀ ਕਹਿ ਰਹੇ ਨੇ ਇਹੀ ਗੱਲ ਹੀ ਕਹਿ ਰਹੇ ਨੇ ਠੀਕ ਹੈ ਇਸ ਇਸ ਬਿਆਨ ਨੂੰ ਇੱਕ ਵੱਖਰੇ ਤਰੀਕੇ ਨਾਲ ਲਿਆ ਜਾ ਸਕਦਾ ਹੈ ਲੇਕਿਨ ਪਿਛਲੇ ਜਿਹੜਾ ਅੱਧਾ ਸਾਲ ਦਾ ਉਹਨਾਂ ਦਾ ਵੀ ਸੰਘਰਸ਼ ਦੇਖ ਲਈਏ ਮੈਨੂੰ ਦੇਣਾ ਚਾਹੀਦਾ ਦਾਡੂ ਵਾਲ ਉਹਨਾਂ ਦਾ ਵੀ ਸੰਘਰਸ਼ ਦੇਖ ਲਈਏ ਤਾਂ ਉਹਨਾਂ ਨੇ ਵੀ ਲੜਾਈ ਲੜੀ ਹੈ ਜਿਵੇਂ ਤੁਸੀਂ ਲੜਾਈ ਲੜੀ ਹੈ ਉਹਨਾਂ ਨੇ ਵੀ ਲੜਾਈ ਲੜੀ ਉਹਨਾਂ ਨੇ ਤਾਂ ਪਰਚੇ ਵੀ ਕਰਾਇਆ ਆਪਣੇ ਤੇ ਲ ਲੜਾਈ ਲੜਿਆ ਪੰਨੂ ਨੇ ਜਿਹੜਾ ਜਲੰਧਰ ਦੇ ਵਿੱਚ ਇੱਕ ਕਾਮੁਨਿਸਟ ਅਖਬਾਰ ਦਾ ਹੈ ਉਹਨੇ ਲੜਾਈ ਲੜੀ ਲੜਾਈ ਲੜੀ ਅਸੀਂ ਇਹ ਸਾਧੂ ਵਾਲਾ ਨਾ ਆਇਆ ਨਾ ਕੋਈ ਹੋਰ ਆਇਆ ਨਾ ਪੋਲਿਟੀਕਲ ਪਾਰਟੀ ਵਾਲਾ ਸਾਰੇ ਮਦਾਨੇ ਜੰਗ 'ਚ ਆ ਗਏ ਹੁਣ ਤਾਂ ਸਾਰੇ ਮਦਾਨੇ ਜੰਗ 'ਚ ਆ ਗਏ ਜਦੋਂ ਹੁਣ ਐਸਾ ਨਾ ਕੋ ਐਸਾ ਨਾ ਕੋ ਐਸਾ ਨਾ ਕੋ ਸਭ ਦੀ ਲੜਾਈ ਨੇ ਤੁਸੀਂ ਕ੍ਰੈਡਿਟ ਦੋ ਲੜਾਈ ਲੜੀ ਤੇਰੇ ਸੱਚੇ ਸਾਥੀ ਦੇ ਖਿਲਾਫ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਦਾਦੂ ਵਾਲੇ ਨੇ ਲੜਾਈ ਨਹੀਂ ਲੜੀ ਜਿਹੜਾ ਬਲਾਤਕਾਰ ਹੋਇਆ ਉਹਦੇ ਪਰਿਵਾਰ ਨੇ ਲੜਾਈ ਲੜੀ ਜਿਹੜੇ ਪੱਤਰਕਾਰ ਨੂੰ ਸ਼ਹੀਦ ਕੀਤਾ ਗਿਆ ਲੁੱਟੇ ਸੌਦੇ ਵੱਲੋਂ ਲੜਾਈ ਲੜੀ ਉਹਨਾਂ ਲੜਕੇ ਮੈਂ ਜਾਂ ਲੜੀ ਢਾਂਡਰੀਆਂ ਵਾਲ ਸਾਹਿਬ ਖੁੱਲ ਕੇ ਬੋਲੇ ਉਸ ਏਰੀਏ ਦੇ ਵਿੱਚ ਜਿੱਨੇ ਸਿੱਖ ਕੌਮ ਦਾ ਬੋਲੇ ਮੰਨ ਲਿਆ ਕਰੋ ਮੰਨ ਲਿਆ ਕਰੋ ਇਹ ਤੁਹਾਡੇ ਮਤਲਬੇ ਹੋ ਸਕਦੇ ਨਹੀਂ ਮੰਨੋ ਥੋੜੀ ਗੱਲ ਮੰਨਣਾ ਚਾਹੀਦਾ ਥੋੜਾ ਜਿਹਾ ਮੈਂ ਮੰਨਣ ਨੂੰ ਤਿਆਰ ਨਹੀਂ ਇਹ ਸਾਰੇ ਮੰਨੋ 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 ਮੈਂ ਨਹੀਂ ਮੰਨਦਾ ਠੀਕ ਹੈ ਤੁਸੀਂ ਮੰਨੋ ਮੈਂ ਨਹੀਂ ਮੰਨਦਾ ਨਹੀਂ ਚਲੋ ਸਾਡੇ ਕੋਲ ਤਾਂ ਤੱਤ ਹੈਗੇ ਨੇ ਮੈਂ ਤਾਂ ਕਾਫੀ ਦਿੱਤੇ ਗਏ ਨੇ ਕੋਈ ਤੱਤ ਹੋਣਗੇ ਮੈਂ ਤਾਂ 7 ਸਾਲ ਤੋਂ ਲੜ ਰਿਹਾ ਥੋੜੇ ਕੋਲੇ ਕੇ ਬਿਆਨ ਹੈ ਠੀਕ ਹੈ ਤੁਸੀਂ ਬਿਆਨ ਉਸ ਤਰੀਕੇ ਨਾਲ ਲੈਣਾ ਚਾਹੁੰਦੇ ਹੋ ਦੇਖੋ ਉਹ ਆਪਣੀ ਵੋਟ ਬੈਂਕ ਆਪਣੇ ਇੱਥੇ ਕਿਹੜਾ ਵੋਟ ਬੈਂਗਾ ਉਹਨਾਂ ਦੀ ਜੱਥੇਦਾਰੀਆਂ ਉਹਨਾਂ ਦੀ ਤਾਂ ਪੂਰੀ ਟਕਸਾਲੀ ਸਿਆਸਤ ਹੈ ਉਹ ਤਾਂ ਖੁਦ ਉਹਨਾਂ ਦਾ ਦੇਖੋ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਜਾਂ ਤੇ ਏਜੰਸੀਆਂ ਦੇ ਬੰਦੇ ਕਹੋਗੇ ਜਾਂ ਸਰਕਾਰਾਂ ਦੇ ਜਿਹੜੀ ਸਰਕਾਰਾਂ ਹੀ ਉਹਦੇ ਨਾਲ ਜੁੜਦੇ ਨੇ ਉਹਨਾਂ ਦੇ ਮੁਤਾਬਕ ਚੱਲਣਾ ਇਹ ਬਿਆਨ ਕਿਹਦਾ ਸੀ ਬਈ ਪੰਜਾਬ ਨਾਲ ਕੋਈ ਤੱਲਕ ਨਹੀਂ ਹਰਿਆਣੇ ਨਾਲ ਮੂੰਹ ਚੋਂ ਕਿਉਂ ਲਫਜ਼ ਨਿਕਲਿਆ ਇੱਕ ਲਫਜ਼ ਦੀ ਗੱਲ ਕਰਦਾ ਹਜ਼ਾਰਾਂ ਦੀ ਨਹੀਂ ਉਹਨੇ ਜੇ ਕੋਈ ਲੜਾਈ ਲੜੀ ਹੈ ਸਾਰੀ ਉਹਦੀ ਮਿੱਟੀ ਹੋ ਗਈ ਤੂੰ ਕਿਉਂ ਸਾਡੀ ਘਟ ਦਿੱਤਾ ਲੁੱੱਚੇ ਸੌਦੇ ਨੂੰ ਦਾਦੂਵਾਲ ਨੇ ਕਿਉਂ ਸਾਡੀ ਪੇਟ ਦਿੱਤਾ ਸਰਟੀਫਿਕੇਟ ਕਿਸੀ ਦਾ ਇਹ ਸਰਟੀਫਿਕੇਟ ਹੈ ਇਹ ਸਰਟੀਫਿਕੇਟ ਨਹੀਂ ਹੈ ਇਹ ਸਰਟੀਫਿਕੇਟ ਨਹੀਂ ਹੈ ਵੀ ਪੰਜਾਬ ਦਾ ਉਹਦੀ ਉਹਦੇ ਫੌਂਡ ਉਹਦੇ origin ਕਿਉਂਕਿ ਸਿਰਸਿਰੇ ਵੇਚ ਦੇ ਰਹਾ ਸੀਗਾ ਤਾਂ ਉਹ ਸੰਦਰਭ ਦਿੱਤਾ ਗਿਆ ਬਿਆਨ ਸੀ ਨਹੀਂ ਲੇਕਿਨ ਉਹਨਾਂ ਦੀ ਨਾਮ ਚਰਚਾਵਾਂ ਨੂੰ ਰਖਵਾਂ ਨਹੀਂ ਜਦੋਂ ਜ਼ਹਿਰ ਲੜਾਈ ਲੜੀ ਆਪਣੇ ਤੇ ਪਰਚੇ ਚਲੇ ਕਿੰਨੇ ਕਿੰਨੇ ਮੈਂ ਨਹੀਂ ਲੜਾਈ ਲੜੀ 7 ਤੋਂ ਲੈ ਕੇ 17 ਤੱਕ ਦਾ ਤੁਸੀਂ ਜਿੰਨੇ ਮਰਜੀ ਮੈਂ ਤਾਂ ਕਦੀ ਉਹਨੂੰ ਦੇਖਿਆ ਨਹੀਂ ਬਿਆਨ ਦਿੰਦੇ ਆ ਲੜਾਈ ਲੜੀ ਸਿਰਸੇ ਦੇ ਵਿੱਚ ਜਾ ਕੇ ਅਸੀਂ ਰੈਲੀਆਂ ਕੀਤੀਆਂ ਡੇਰੇ ਦੇ ਬਾਹਰ ਮੈਂ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਜਿਨ੍ਹਾਂ ਦੇ ਨਾਲ ਜਿਆਤੀਆਂ ਹੋਈਆਂ ਉੱਥੇ ਜਾ ਕੇ ਬਠਿੰਡੇ ਦੇ ਵਿੱਚ ਬੈਠ ਕੇ ਨਹੀਂ ਲੜਿਆ ਚੰਡੀਗੜ੍ਹ 'ਚ ਬੈਠ ਕੇ ਨਹੀਂ ਲੜਿਆ ਮੈਂ ਰਿਕਾਰਡ ਕਢਾ ਦੂੰ ਉੱਥੇ ਰੈਲੀਆਂ ਕਿਹਾ ਮੈਂ ਕਿਹਾ ਬਾਬਾ ਬਾਹਰ ਤੇਰੇ ਨਾਲ ਮੈਂ ਬਹਿਸ ਕਰਨੀ ਚਾਹੁੰਦਾ ਜਾਂ ਲਿਆਦ ਅਧਿਤਿਆਰੀਆਂ ਨੂੰ ਜਵਾਬ ਦੇਣਾ ਮੈਂ ਲੜੀ ਨਾ ਠੀਕ ਹੈ ਤੁਸੀਂ ਤੁਹਾਡਾ ਥੋੜਾ ਯੋਗਦਾਨ ਪੂਰਾ ਸਾਡਾ ਮਕਸਦ ਕੁਰਸੀ ਥਤਾ ਨਹੀਂ ਸੀ ਸਾਡਾ ਮਕਸਦ ਸੀ ਸਾਡੇ ਗੁਰੂ ਮਹਾਰਾਜ ਦਾ અપਮਾਨ ਹੋਇਆ ਹੈ ਅੱਜ ਪੰਜਾਬ ਦੇ ਵਿੱਚ ਖਾਲਸਾ ਆਂਦੀਆਂ ਗੱਲਾਂ ਦੁਬਾਰਾ ਚੱਲ ਰਹੀਆਂ ਇਹ ਸਾਡੀਆਂ ਰਾਜਨੀਤਿਕ ਲੋਕਾਂ ਦੀਆਂ ਕਮਜ਼ੋਰੀਆਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਖਾਲਸਾ ਨਾ ਬਣਿਆ ਨਾ ਬਣਨ ਦੇਾਂਗੇ ਅਸੀਂ ਉਹਨਾਂ ਲੋਕਾਂ ਦਾ ਜੇ ਮੁਕਾਬਲਾ ਕਰਨਾ ਸਾਰੀਆਂ ਪੋਲਿਟੀਕਲ ਪਾਰਟੀਆਂ ਇਕੱਠੀਆਂ ਹੋਣ ਅੱਜ ਕੋਈ ਬਿਆਨ ਦਿੰਦਾ ਕੱਲ ਕੋਈ ਬਿਆਨ ਦਿੰਦਾ ਪਰਸੋ 10 ਪਾਰਟੀਆਂ ਪੰਜਾਬ ਦੇ ਵਿੱਚ ਆ ਗਈਆਂ ਇੰਨਾ ਜਿਹਾ ਪੰਜਾਬ ਸਾਡਾ ਰਹਿ ਗਿਆ ਐਡਾ ਵੱਡਾ ਪੰਜਾਬ ਹਰਿਆਣਾ ਹਿਮਾਚਲ ਐਡਾ ਵੱਡਾ ਪੰਜਾਬ ਇੰਨਾ ਜਿਹਾ ਸਾਡਾ ਪੰਜਾਬ ਰਹਿ ਗਿਆ ਤੇ ਸਾਨੂੰ 40 ਸਾਲਾਂ ਦੇ ਪੋਲਿਟਿਸ਼ੀਅਨਾਂ ਨੂੰ ਸਮਝ ਨਹੀਂ ਆਈ ਵੀ ਅਸੀਂ ਕਿਹੜੇ ਰਸਤੇ ਤੇ ਚੱਲ ਰਹੇ ਅਸੀਂ ਆਉਣ ਵਾਲ ਇਹ ਬੜਾ ਵੱਡਾ ਸਵਾਲ ਹੈ ਠੀਕ ਹੈ ਬੀਟਾ ਸਾਹਿਬ ਥੋੜੀ ਗੱਲਬਾਤ ਮਨ ਲੱਗਦਾ ਕਿ ਤਨਾ ਕਿਤੇ ਇਸ ਗੱਲ ਤੇ ਆ ਕੇ ਖਤਮ ਹੁੰਦੀ ਹੈ ਮੁਕਦੀ ਹੈ ਵੀ ਤੁਸੀਂ ਸਿਆਸਤਦਾਰਾਂ ਨੂੰ ਚਾਹਦੇ ਹੋ ਵੀ ਆਪਸੀ ਜਿਹੜੇ ਮਤਭੇਦ ਜਾਂ ਜਿਹੜੇ ਸਿਆਸਤ ਤੋਂ ਪ੍ਰੇਰਿਤ ਬਿਆਨ ਨੇ ਉਹਨਾਂ ਤੋਂ ਗੁਰੇਜ਼ ਕਰਨ ਤੇ ਉਸ ਸੰਤਾਪ ਨੂੰ ਸਮਝੋ ਜੋ ਪੰਜਾਬ ਵਿੱਚ ਪਿਛਲੇ 4 ਦਹਾਕਿਆਂ ਚ ਭੋਗਤ ਵੀ ਚੁੱਕਾ ਹੈ ਤੇ ਜਿਹਦੇ ਜਿਹਦਾ ਜਿਹਦਾ ਮਾਹੌਲ ਲੱਗਦਾ ਵੀ ਸ਼ਾਇਦ ਹੁਣ ਫੇਰ ਬਣਦਾ ਨਜ਼ਰ ਆ ਰਿਹਾ ਹੈ ਜੇ ਹਾਲਾਤ ਨੂੰ ਮੌਕੇ ਰਹਿੰਦੇ ਨਹੀਂ ਸੰਭਿਆ ਗਿਆ ਪਹਿਲਾ ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਚਰਚਾ ਲਈ ਤੁਸੀਂ ਆਪਣਾ ਸਮਾਂ ਕੱਢਿਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਡੇ ਦਰਸ਼ਕ ਵੀ ਇੱਕ ਵੱਖਰੇ ਨਜ਼ਰੀਏ ਤੋਂ ਗੈਰ ਸਿਆਸੀ ਨਜ਼ਰੀਆ ਬਿੱਟਾ ਸਾਹਿਬ ਦਾ ਅਤਵਾਦ ਦੇ ਖਿਲਾਫ ਇਹਨਾਂ ਨੇ ਫਰੰਟ ਤੇ ਰੂਪੀ ਲੜਾਈ ਲੜਾਈ ਹੈ ਉਮੀਦ ਕਰਾਂਗੇ ਇਹਨਾਂ ਦੀ ਗੱਲਬਾਤ ਤੋਂ ਕਈ ਨਵੇਂ ਪੁਆਇੰਟਸ ਤੁਹਾਨੂੰ ਮਿਲੇ ਜ਼ਰੂਰ ਹੋਣਗੇ ਬ